नानक पग पंकज बंदन पग पंकज बंदन सिमरो अंगद दोख निकंदन अमरदास गुर हिर दैत्यामो हिर दैत्यामो श्री गुरु राम दास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरों धरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उतद बंदों कार्य अनुराग एकंकारा सतगुरु तेह प्रसाद सच हो वाहे गुरु जी की फतेह विघ्न विनाशन सोए तन तन सच्चे पातशाह गरीब नवाज मेहरबान दयालु कृपालु सच्चे पातशाह सुख निदान अंतरजामी दीन दुनिया दे मालक चवर शतर तखत दे मालक समरथ गुरु परतख गुरु दीन दयाल कृपाल सुख निदान सच्चे पातशाह मेहरबान सतगुरु दयालु सच्चे पातशाह कृपालु सच्चे पातशाह दासां गरीबां दे उत्ते सदा ही मेहरां करन वाले बख्शिशां करन वाले निवाजण वाले सच्चे पातशाह लोक परलोक विच दासां गरीबां दी इज्जत रखण वाले पत रखण वाले हाजरा हजूर जहरा जहूर सर्ब कला भरपूर सच्चे पातशाह जी महाराज धन 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 सतगुरु गरीब नवाज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज गुरु ग्रंथ साहिब जी महाराज हजूर सच्चे पातशाह महाराज जी की हजूरी दे अंदर सुभाए मान गुरु की साजी नवाजी गुरु प्यारी साध संगत जीओ आप सब संगतां ने भाई साहब जी पासों गुरबाणी का रस पीना कीर्तन सुनिया इस अस्थान ते जिथों आप जी कथा सुन रहे हो जिथे आप जी सुभाए मान हो इस अस्थान ते गुरु कीयां सिख संगतां बड़े प्यार दे नाल चा दे नाल जगत दे तारनहार सच्चे पातशाह वड्डे समर्थ गुरु
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਮਨਾ ਰਹੀਆਂ ਨੇ ਅਤੇ ਮੈਂ ਬਾਹਰ ਵਸ ਰਹੀਆਂ ਸੰਗਤਾਂ ਵਿਦੇਸ਼ ਦੀਆਂ ਸੰਗਤਾਂ ਦੇ ਕੋਲੋਂ ਮਾਫ਼ੀ ਮੰਗਾਂਗਾ ਕਿਉਂਕਿ ਲੜੀਵਾਰ ਕਥਾ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਵੀ ਸੁਣ ਰਹੀਆਂ ਨੇ। ਕਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਉੱਤੇ ਆ ਕੇ ਬਹੁਤ ਜੀਵਾਂ ਦਾ ਭਲਾ ਕੀਤਾ ਜੀ। ਜਿੱਥੇ ਗੁਰੂ ਸਾਹਿਬ ਨੇ ਆਮ ਮਨੁੱਖਾਂ ਦਾ ਭਲਾ ਕੀਤਾ, ਉੱਥੇ ਬੜੇ ਬੜੇ ਸੰਤ ਲੋਕ ਜਿਹੜਾ ਜਪ ਤਪ ਕਰ ਰਹੇ ਸਨ, ਉਹਨਾਂ ਦੇ ਜਪ ਤਪ ਨੂੰ ਵੀ ਗੁਰੂ ਸਾਹਿਬ ਨੇ ਸਫਲਿਆਂ ਕੀਤਾ ਜੀ। ਬੜੇ ਬੜੇ ਪੀਰ ਲੋਕ ਜਿਹੜੇ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਪੀਰ ਸਨ ਜੀ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਸਹੀ ਰਸਤੇ 'ਤੇ ਪਾਇਆ ਜੀ। ਬੜੇ ਬੜੇ ਧਨਾਢ ਲੋਕ, ਅਮੀਰ ਲੋਕ, ਕਾਰੂ ਬਾਦਸ਼ਾਹ ਵਰਗੇ, ਸਤਿਗੁਰੂ ਨੇ ਉਹਨਾਂ 'ਤੇ ਵੀ ਮਿਹਰ ਭਰਿਆ, ਹੱਥ ਰੱਖ ਕੇ ਚੰਗੇ ਬੰਨੇ ਤੋਰਿਆ ਜੀ ਉਹਨਾਂ ਨੂੰ ਜੀ। ਫਿਰ ਬੜੇ ਬੜੇ ਦੈਂਤ ਜੀ, ਰਾਕਸ਼ਸ ਲੋਕ, ਜਿਨ੍ਹਾਂ ਦੀ ਬੁੱਧੀ ਰਾਕਸ਼ਸਾਂ ਵਾਲੀ ਜੀ, ਜਿਨ੍ਹਾਂ ਦਾ ਕੰਮ ਮਾੜੇ ਕੰਮ ਕਰਨਾ ਜੀ, ਕੌਡੇ ਰਾਕਸ਼ਸ ਵਰਗੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਤਾਰਿਆ ਜੀ। ਗੁਰਮੁਖੋ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇਸ ਜਗਤ ਦੇ ਦੁਨੀਆਂ ਨੂੰ ਤਾਰਨ ਆਏ ਨੇ ਜੀ। ਉਰੋਂ ਤੋਂ ਲੈ ਕੇ ਹੁਣ ਤੱਕ ਸੱਚੇ ਪਾਤਸ਼ਾਹ ਤਾਰ ਰਹੇ ਨੇ ਜੀ। ਫਿਰ ਬੇਨਤੀ ਹੈ, ਭਾਈ ਸਾਹਿਬ ਬੜੇ ਪਿਆਰ ਨਾਲ ਸ਼ਬਦ ਸੁਣਾ ਰਹੇ ਸਨ, ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਕਲਯੁੱਗ ਨੂੰ ਤਾਰਨ ਆਏ ਜੀ, ਅਤੇ ਤਾਰ ਕੇ ਗਏ ਨਹੀਂ ਕਿਤੇ ਮਹਾਰਾਜ, ਸੱਚੇ ਪਾਤਸ਼ਾਹ ਸੁਭਾਇਮਾਨ ਨੇ, ਅਤੇ ਮਹਾਰਾਜ ਸਦਾ ਹੀ ਮਿਹਰਾਂ ਕਰਨ ਦਏ ਜੀ। ਉਰੋਂ ਤੋਂ ਲੈ ਕੇ ਹੁਣ ਤੱਕ ਆ ਮੇਰੇ ਖਿਆਲ ਨਾਲ 547ਵਾਂ ਜਾਂ 48ਵਾਂ ਗੁਰਪੁਰਬ ਗੁਰੂ ਕੀਆਂ ਸੰਗਤਾਂ ਨੇ ਮਨਾਇਆ ਜੀ, ਹੁਣ ਵੀ ਮਨਾ ਰਹੀਆਂ ਜੀ। ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਲਗਭਗ ਸਾਲ ਸਾਲ ਵਾਹਿਗੁਰੂ ਦੋ ਦੋ ਮਹੀਨੇ ਗੁਰੂ ਸਾਹਿਬ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਸਮਾਗਮ ਚੱਲਦੇ ਜੀ, ਦੋ ਦੋ ਮਹੀਨੇ ਜੀ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਨੇ ਦੁਨੀਆ ਨੂੰ ਤਾਰਿਆ ਜੀ। ਕਿੰਨਿਆਂ ਕੁ ਨੂੰ ਤਾਰਿਆ, ਤਾਰੇ ਗਿਣੇ ਜਾਤ ਹੈ, ਤੇਰੇ ਤਾਰੇ ਨਾ ਗਿਣਾਤ ਹੈ। ਤਾਰਿਆਂ ਦੀ ਵੀ ਗਿਣਤੀ ਹੋ ਸਕਦੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਜਿੰਨਿਆਂ ਨੂੰ ਤਾਰਿਆ ਉਹਨਾਂ ਦੀ ਗਿਣਤੀ ਕੋਈ ਨਹੀਂ ਹੈਗੀ ਜੀ। ਮਹਾਰਾਜ ਤਾਰਨ ਆਏ ਜੀ। ਗੁਰੂ ਸਾਹਿਬ ਦੇ ਆਉਣ ਦਾ ਮਨੋਰਥ ਕੀ ਹੈ ਜੀ? ਦੁਨੀਆਂ ਨੂੰ ਤਾਰਨਾ ਜੀ। ਅਤੇ ਤਾਰਨਾ ਕੀ ਹੁੰਦਾ ਜੀ? ਚੰਗੇ ਰਸਤੇ 'ਤੇ ਲਾਉਣਾ ਜੀ, ਸ਼ੁਭ ਮਾਰਗ ਦੀ ਪ੍ਰੇਰਨਾ ਦੇ ਦੇਣੀ, ਇਹਨੂੰ ਕਹਿੰਦੇ ਤਾਰਨਾ ਜੀ। ਚੰਗੀ ਮੱਤ ਦੇ ਦੇਣੀ, ਚੰਗੀ ਮੱਤ ਤੇ ਆਮ ਗਿਆਨੀ ਵੀ ਦੇ ਰਹੇ ਜੀ। ਹਾਂਜੀ, ਚੰਗੀ ਮੱਤ ਤੇ ਆਮ ਗਿਆਨੀ ਵੀ ਦੇ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਾਰਨ ਵਿੱਚ, ਸਿੱਖਿਆ ਦੇਣ ਵਿੱਚ ਫਰਕ ਇਹ ਹੈ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਆਪਣੀ ਕਮਾਈ ਦਿੱਤੀ ਜੀ ਨਾਲ ਜੀ ਦੁਨੀਆਂ ਨੂੰ, ਆਪਣੀ ਕਮਾਈ ਵਿੱਚੋਂ ਜਿੱਥੇ ਗਏ ਇੱਕ ਇੱਕ ਕਿਣਕਾ ਦਿੰਦੇ ਗਏ ਜੀ, ਉਹ ਕਿਣਕਾ ਦੇ ਕੇ ਗੁਰੂ ਸਾਹਿਬ ਨਿਹਾਲ ਕਰੀ ਗਏ ਜੀ। ਜਿਸ ਜਿਸ ਨਗਰ ਵਿੱਚ ਗਏ, ਜਿਸ ਜਿਸ ਪਿੰਡ ਵਿੱਚ ਗਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਦੁਨੀਆਂ ਨੂੰ ਨਿਹਾਲ ਕਰੀ ਗਏ ਜੀ। ਇੱਕ ਬੇਨਤੀ ਕਹਿ ਕੇ ਮੈਂ ਪ੍ਰਸੰਗ ਵਾਲੇ ਪਾਸੇ ਆਊਂਗਾ। ਸਤਿ ਸੰਗਤ ਜੀ, ਭਗੀਰਥ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਅਤੇ ਭਗੀਰਥ ਜੀ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਗਾਂਹ ਕੀਤੀ ਅਤੇ ਭਾਈ ਮਨਸੁਖ ਨੇ ਸੁਣੀ ਜੀ। ਮਨਸੁਖ ਜੀ ਦੇ ਮਨ ਵਿੱਚ ਇਹ ਗੱਲ ਆਈ ਵੀ ਭਗੀਰਥ ਸਿਫਤ ਤਾਂ ਕਰਨ ਦਿਆ, ਪਰ ਕਲਯੁੱਗ ਦੇ ਵਿੱਚ ਇਸ ਸਮੇਂ ਪੂਰਾ ਗੁਰੂ ਲੱਭਣਾ ਬੜਾ ਔਖਾ ਜੀ, ਅਤੇ ਮੈਂ ਇਹਦੇ ਗੁਰੂ ਨੂੰ ਤਾਂ ਮੰਨਾਂਗਾ ਜਾਂਦਿਆਂ ਨੂੰ ਜੇ ਮੇਰਾ ਨਾਮ ਲੈ ਕੇ ਮੈਨੂੰ ਸੱਦਣ ਜੀ। ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਭਾਈ ਮਨਸੁਖ ਆਇਆ ਸ਼ੰਕਾ ਰੱਖ ਕੇ ਜੀ। ਮਹਾਰਾਜ ਤਖ਼ਤ 'ਤੇ ਬੈਠੇ ਜੀ, ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਫਿਰ ਭਾਈ ਭਗੀਰਥ ਜੀ ਨੂੰ ਆਖਿਆ, ਕਹਿਣ ਲੱਗੇ, ਉਹ ਜਿਹਨੂੰ ਲੈ ਕੇ ਆਇਆ ਉਹਨੂੰ ਪੁੱਛੋ ਨਾਮ ਅਤੇ ਮਨਸੁਖ ਰੱਖਿਆ ਅਤੇ ਕਦੀ ਸੁੱਖ ਵੀ ਮਿਲਿਆ ਕਿ ਨਹੀਂ ਮਿਲਿਆ ਮਨ ਨੂੰ ਜੀ। ਹਾਂਜੀ,
ਉਹ ਢਹਿ ਪਿਆ ਗੁਰੂ ਸਾਹਿਬ ਦੇ ਚਰਨਾਂ ਤੇ। ਮਹਾਰਾਜ ਨੇ ਆਪਣੀ ਕਮਾਈ ਵਿੱਚ ਉਹਦੇ ਤੇ ਬਖਸ਼ਿਸ਼ ਕੀਤੀ ਜੀ, ਤਾਰਿਆ, ਸ਼ੁਭ ਮਤ ਦੇ ਕੇ ਤਾਰਿਆ, ਚੰਗੀ ਮਤ ਦੇ ਤੀ। ਜਿਹੜਾ ਜਿਹੜਾ ਦਰਸ਼ਨ ਕਰਦਾ ਗਿਆ ਉਹਦੀ ਬੁੱਧੀ ਪਵਿੱਤਰ ਹੁੰਦੀ ਗਈ ਜੀ। ਬੜੀਆਂ ਸਾਖੀਆਂ ਇਤਿਹਾਸਕ ਗ੍ਰੰਥਾਂ ਨਾਲ ਭਰੀਆਂ ਪਈਆਂ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਚਾਰ ਪੋਥੀਆਂ 'ਚ ਇਕੱਲੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਜੀ। ਹਾਂਜੀ, ਅਤੇ ਬਾਕੀ ਪੋਥੀਆਂ 'ਚ ਗੁਰੂ ਸਾਹਿਬ, ਨੌ ਗੁਰੂ ਸਾਹਿਬਾਂ ਦਾ ਜੀ। ਚਾਰ ਪੋਥੀਆਂ ਇਕੱਲੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀਆਂ ਹੈਗੀਆਂ ਜੀ। ਭਾਗਾਂ ਵਾਲੇ ਸਨ ਭਾਈ ਬਾਲਾ ਜੀ, ਭਾਗਾਂ ਵਾਲੇ ਸਨ ਭਾਈ ਮਰਦਾਨਾ ਜੀ, ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਨਾਲ ਰਹੇ ਜੀ, ਜਿਹੜੇ ਜੀ ਪੰਜਾਹ ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ ਜੀ ਜਿਨ੍ਹਾਂ ਨੇ ਜੀ। ਹਾਂਜੀ, ਤੁਸੀਂ ਇੱਕ ਗੱਲ ਸੁਣ ਵੇਖੋ, ਗੁਰੂ ਸਾਹਿਬ ਦਾ ਕੁਝ ਸਮੇਂ ਵਾਸਤੇ ਜਿਨ੍ਹਾਂ ਦਰਸ਼ਨ ਕੀਤੇ ਉਹ ਨਿਹਾਲ ਹੋ ਗਏ ਜੀ, ਜਿਨ੍ਹਾਂ ਪੰਜਾਹ ਸਾਲ ਨਾਲ ਰਹਿ ਕੇ ਸੰਗਤ ਕੀਤੀ ਉਹਨਾਂ ਦੇ ਕਿੱਡੇ ਵੱਡੇ ਭਾਗ ਹੋਣਗੇ ਜੀ। ਇੱਥੇ ਸੁਭਾਅ ਨਾਲ ਨਾ ਰਲਦਾ ਹੋਵੇ ਜੀ, ਦੋ ਮਿੰਟ ਕਿਸੇ ਬੰਦੇ ਨਾਲ ਕੱਢਣੇ ਔਖੇ ਹੈਗੇ ਜੀ। ਤੁਸੀਂ ਵੇਖੋ ਸੰਸਾਰ 'ਚ ਇਹੋ ਕੁਝ ਚੱਲ ਰਿਹਾ, ਪੰਜਾਹ ਸਾਲ ਲਗਾਤਾਰ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਫਲਿਆਂ ਕੀਤਾ, ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੀ ਬਾਣੀ ਸੁਣੀ ਅਤੇ ਗੁਰੂ ਜੀ ਦੇ ਰੱਜ ਰੱਜ ਕੇ ਦਰਸ਼ਨ ਕੀਤੇ ਜੀ। ਸੋ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਤਾਂ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਜੀ, ਪਰ ਕਿਣਕਾ ਮਾਤਰ ਜੀ, ਸਮੁੰਦਰ ਵਿੱਚੋਂ ਇੱਕ ਤਾਂ ਬੂੰਦ ਵੀ ਨਹੀਂ ਅਸੀਂ ਚੰਗੀ ਤਰ੍ਹਾਂ ਕੱਢ ਸਕਦੇ, ਏਡੀਆਂ ਵੱਡੀਆਂ ਸਿਫਤਾਂ ਜੀ। ਇੱਕ ਤਾਂ ਹੈਗਾ ਨਾ ਵੀ ਸਮੁੰਦਰ 'ਚੋਂ ਬੂੰਦ ਕੱਢ ਲਈ ਜੀ, ਅਸੀਂ ਤਾਂ ਸਮੁੰਦਰ ਵਿੱਚੋਂ ਬੂੰਦ ਵੀ ਨਹੀਂ ਕੱਢ ਸਕਦੇ, ਗੁਰੂ ਨਾਨਕ ਸਾਹਿਬ ਦੀ ਏਡੀ ਵੱਡੀ ਸਿਫਤ ਹੈਗੀ ਹੈ ਜੀ। ਤੁਸੀਂ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸੁਣਦੇ ਹੋ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜਾ ਸਭ ਤੋਂ ਵੱਡਾ ਹੁੰਦਾ ਨਾ ਜੀ, ਉਹਦਾ ਇੱਕ ਕੰਮ ਹੁੰਦਾ ਜੀ, ਘਰ ਵਿੱਚ ਜਿਹੜਾ ਸਭ ਤੋਂ ਵੱਡਾ ਹੋਵੇ ਉਹਨੂੰ ਸਾਰਿਆਂ ਦੀ ਚਿੰਤਾ ਹੁੰਦੀ, ਸਭ ਦੀ ਫਿਕਰ ਹੁੰਦੀ ਜੀ। ਹਾਂਜੀ, ਜਿਹੜਾ ਵੱਡਾ ਹੁੰਦਾ ਜੀ ਉਹਨੂੰ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਜੀ। ਅਤੇ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਉਹ ਕਹਿਣ ਦੇ, ਸਿੱਖੋ ਮੇਰੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਤੋਂ ਵੱਡੇ ਨੇ। ਕਹਿਣ ਲੱਗੇ ਜੀ, ਸਭ ਤੋਂ ਵੱਡਾ ਸਤਿਗੁਰ ਨਾਨਕ, 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 ਜਿਨ ਕਲ ਰਾਖੀ ਮੇਰੀ। ਸੋ ਹੁਣ ਗੁਰੂ ਸਾਹਿਬ ਦੇ ਪਵਿੱਤਰ ਇਤਿਹਾਸ ਵਾਲੇ ਪਾਸੇ ਸੁਰਤੀਆਂ ਜੋੜੋ। ਫਿਰ ਬੇਨਤੀ ਹੈ, ਉੱਤੇ ਜਿਹੜੀਆਂ ਸੰਗਤਾਂ ਸੇਵਾ ਕਰਨ ਦੀਆਂ ਉੱਤੇ ਕਰੋ ਸੇਵਾ, ਅਤੇ ਜਿਹੜੇ ਨਹੀਂ ਸੇਵਾ ਕਰਨ ਦੇ ਉਹ ਥੱਲੇ ਹਾਲ ਵਿੱਚ ਆ ਕੇ ਬੈਠੋ। ਅਜੇ ਬੜੀ ਸੇਵਾ ਪਈ, ਰਾਤ ਬਹਿ ਕੇ ਤੁਸੀਂ ਫੁੱਲ ਪਰਾਉਣੇ ਜੀ, ਕੁਝ ਸਮਾਂ ਗੁਰੂ ਜੀ ਦਾ ਜਸ ਸੁਣ ਲਓ। ਹਾਂਜੀ, ਸਭ ਸਿੱਖ ਸੰਗਤਾਂ ਜੋੜੋ ਦੋਵੇਂ ਹੱਥ ਤੇ, ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਜੀ। ਦੋਹਰਾ ਪਿੰਗਲ ਪਰਬਤ ਪਰ ਚੜ੍ਹੈ ਗੁੰਗ ਹੋਏ ਬਾ ਚਾਲ। ਭਾਈ ਸੰਤੋਖ ਸਿੰਘ ਜੀ ਲਿਖਦੇ, ਸਿੱਖੋ ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਦ੍ਰਿਸ਼ਟੀ ਹੋ ਜੇ, ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜੇ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਦ੍ਰਿਸ਼ਟੀ 'ਚ ਬਹੁਤ ਕੁਝ ਹੈਗਾ ਜੀ। ਪਿੰਗਲਾ ਬੰਦਾ ਜਿਹੜਾ ਆਪਣੇ ਬੈੱਡ ਤੋਂ ਨਹੀਂ ਉੱਠ ਸਕਦਾ ਜੀ, ਹਾਂਜੀ, ਜਿਹੜਾ ਉੱਠ ਕੇ ਇੱਧਰ ਉੱਧਰ ਨਹੀਂ ਜਾ ਸਕਦਾ, ਜੇ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ ਉਹ ਪਿੰਗਲਾ ਬੰਦਾ ਆਪੇ ਹੀ ਭੱਜ ਕੇ ਪਹਾੜ 'ਤੇ ਚੜ੍ਹ ਜੇ। ਕਹਿਣ ਲੱਗੇ ਜੀ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਨਾਲ ਹੀ ਕਹਿਣ ਲੱਗੇ, ਗੁੰਗ ਹੋਏ ਬਾ ਚਾਲ। ਬਾ ਚਾਲ ਹੁੰਦਾ ਵਧੀਆ ਬੋਲ ਚਾਲ ਕਰਨ ਵਾਲਾ ਜੀ। ਗੁੰਗਾ ਬੰਦਾ ਜਿਹੜਾ ਬੋਲ ਨਹੀਂ ਸਕਦਾ, ਜੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਜੇ ਤੇ ਗੁੰਗੇ ਵੀ ਬੋਲਣ ਲੱਗ ਪੈਣ ਜੀ। ਤੇ ਇੱਕ ਤੇ ਬੋਲਣਾ ਵੀ ਬੜੇ ਪ੍ਰਕਾਰ ਦਾ ਹੈਗਾ ਜੀ। ਬਾਬਾ ਬੋਲਣਾ ਕਿਆ ਕਹੀਐ, ਮਾੜੇ ਬੋਲ ਵੀ ਆ, ਈਰਖਾ ਵਾਲੇ ਵੀ ਨੇ, ਨਿੰਦਿਆ ਵਾਲੇ ਵੀ ਨੇ, ਦਵੈਸ਼ ਵਾਲੇ ਵੀ ਨੇ, ਪਰ ਬਾ ਚਾਲ ਦਾ ਅਰਥ ਹੁੰਦਾ ਸੋਹਣੇ ਬੋਲ ਬੋਲਣ ਵਾਲੇ ਜੀ। ਗੁੰਗਿਆਂ ਤੇ ਗੁਰੂ ਨਾਨਕ ਸਾਹਿਬ ਦੀ ਹੋ ਗਈ ਕਿਰਪਾ,
ਤੇ ਗੂੰਗੇ ਸੋਹਣੇ ਬੋਲ ਬੋਲਣ ਵਾਲੇ ਬਣ ਗਏ ਜੀ। ਹਾਂਜੀ ਕਾਇਰ ਹੈ ਵੈ ਪਟ ਜੈ ਧਰੈ ਕਰੈ ਜੇ ਕਿਰਪਾ ਕਿਰਪਾਲ, ਜਿਹੜੇ ਤੇ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਹੋ ਜਾਣ, ਦਇਆ ਦੇ ਘਰ ਚ ਆ ਜਾਣ, ਤੇ ਬੜੇ ਬੜੇ ਕਾਇਰ ਜੇ ਬੰਦੇ, ਡਰਪੋਕ ਬੰਦੇ, ਡਰਾਕਲ ਬੰਦੇ, ਗੁਰੂ ਨਾਨਕ ਸਾਹਿਬ ਦੀ ਇੱਕ ਦ੍ਰਿਸ਼ਟੀ ਉਹਨਾਂ ਨੂੰ ਸੂਰਮਿਆਂ ਬਣਾ ਦੇ ਜੀ। ਗੁਰੂ ਨਾਨਕ ਸਾਹਿਬ ਦੀ ਇੱਕ ਦ੍ਰਿਸ਼ਟੀ ਵਿੱਚ ਏਡੀ ਵੱਡੀ ਤਾਕਤ ਹੈਗੀ ਹੈ ਜੀ। ਹਾਂਜੀ ਅਨੰਤ ਦੇਸ਼ ਸਤਿਗੁਰੂ ਸਿਧਾਰੇ, ਹੁਣ ਇੱਥੋਂ ਸਾਖੀ ਆਰੰਭ ਹੋ ਰਹੀ ਹੈ। ਇੱਕ ਵਾਰੀ ਸਾਰੀ ਸੰਗਤ ਪ੍ਰੇਮ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦਾ ਭਲਾ ਕਰਦੇ 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 ਇੱਕ ਦੇਸ਼ ਵਿੱਚ ਪਹੁੰਚੇ ਜੀ। ਹਾਂਜੀ ਸੰਤ ਮੰਦ ਮਤ ਜਾਹੇ ਉਧਾਰੇ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜਾ ਕੇ ਸੰਤਾਂ ਦਾ ਵੀ ਉਧਾਰ ਕੀਤਾ ਤੇ ਜਿੱਥੇ ਜਾ ਕੇ ਮਾੜੀ ਮਤ ਵਾਲਿਆਂ ਦਾ ਵੀ ਭਲਾ ਕੀਤਾ ਜੀ। ਬੜੇ ਬੜੇ ਸੰਤ ਨਾਮ ਜਪਣ ਦੇ ਜੀ ਦੁਨੀਆਂ ਤੇ। ਹਾਂਜੀ ਜਿੱਥੇ ਜਾ ਕੇ ਸੰਤਾਂ ਦਾ ਵੀ ਉਧਾਰ ਕੀਤਾ ਤੇ ਜਿੱਥੇ ਜਾ ਕੇ ਮਹਾਰਾਜ ਨੇ ਮਾੜੀ ਮਤ ਵਾਲਿਆਂ ਦਾ ਵੀ ਉਧਾਰ ਕੀਤਾ ਜੀ। ਹਾਂਜੀ ਮੈਂ ਪੁੰਨ ਦੁੱਤੀਏ ਸੰਗ ਮਰਦਾਨਾ, ਭਾਈ ਬਾਲਾ ਜੀ ਇਹ ਗੱਲ ਕਹਿ ਰਹੇ ਜੀ। ਭਾਈ ਬਾਲਾ ਜੀ ਕਹਿੰਦੇ ਸੰਗਤ ਜੀ ਇੱਕ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਸਾਂ ਤੇ ਇੱਕ ਭਾਈ ਮਰਦਾਨਾ ਜੀ। ਹਾਂਜੀ ਅਨੁਸਾਰੀਆਂ ਕਰਹਿ ਪਿਆਨਾ, ਅਸੀਂ ਤੇ ਕਹਿੰਦੇ ਵੀ ਆਗਿਆ ਚ ਰਹਿਣਾ ਹੁੰਦਾ ਸੀ, ਜਿੱਧਰ ਗੁਰੂ ਸਾਹਿਬ ਨੇ ਹੁਕਮ ਕਰਨਾ ਉੱਧਰ ਤੁਰ ਪੈਣਾ ਜੀ। ਸਾਨੂੰ ਹੁਕਮ ਹੋਇਆ ਵੀ ਇਸ ਪਾਸੇ ਤੁਰਨਾ, ਆਪਾਂ ਗੁਰੂ ਨਾਨਕ ਸਾਹਿਬ ਦੇ ਪਿੱਛੇ ਪਿੱਛੇ ਤੁਰ ਪਏ ਜੀ। ਹਾਂਜੀ ਮਾਰਗ ਚਲਤ ਗ੍ਰਾਮ ਇੱਕ ਹੇਰਾ, ਬਸ ਤੁਰਦੇ ਗਏ ਗੁਰੂ ਨਾਨਕ ਸਾਹਿਬ ਦਾ ਜਿੱਥੇ ਜੀ ਕਰਨਾ ਮਹਾਰਾਜ ਨੇ ਕੀਰਤਨ ਕਰਨ ਲੱਗ ਪੈਣਾ ਜੀ। ਕਰਦਿਆਂ 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 ਭਾਈ ਬਾਲਾ ਜੀ ਕਹਿੰਦੇ ਇੱਕ ਪਿੰਡ ਆਇਆ ਜੀ ਪਿੰਡ। ਹਾਂਜੀ ਤਹਿ ਤਰ ਕੇ ਤਰ ਕੀਨ ਬਸੇਰਾ, ਤੇ ਉੱਥੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਰੁੱਖ ਦੇ ਹੇਠਾਂ ਨਿਵਾਸ ਕੀਤਾ ਜੀ। ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੂਹਾ ਪੂਰਾ ਬੰਦ ਕਰ ਦਿਓ, ਖਲੋ ਜੋ, ਜਿਹੜਾ ਆਊਗਾ ਖੋਲ ਦਿਓ, ਬਾਹਰ ਖਲੋ ਜੋ, ਜਿਹੜਾ ਆਊ ਆਪੇ ਖੋਲ ਦਿਓ, ਫਿਰ ਅੰਦਰ ਭੇਜ ਦਿਓ, ਫਿਰ ਬੰਦ ਕਰ ਦਿਓ। ਗੱਜ ਕੇ ਆਖੋ ਵਾਹਿਗੁਰੂ। ਭਾਈ ਬਾਲਾ ਜੀ ਕਹਿੰਦੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਰੁੱਖ ਦੇ ਹੇਠਾਂ ਬੈਠ ਗਏ ਸੱਚੇ ਪਾਤਸ਼ਾਹ। ਹਾਂਜੀ ਸੰਤ ਜਾਨ ਤਹਿ ਕੇ ਨਰ ਆਏ, ਹਾਂਜੀ ਹਿਰਦੈ ਭਾਉ ਧਰ ਸੀਸ ਝੁਕਾਏ। ਜਦੋਂ ਮਹਾਰਾਜ ਰੁੱਖ ਦੇ ਹੇਠਾਂ ਜਾ ਕੇ ਬੈਠੇ ਨਾ ਜੀ, ਤੇ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਲੋਕਾਂ ਦਰਸ਼ਨ ਕੀਤੇ ਜੀ। ਪਿੰਡ ਦੇ ਬਾਹਰ ਰੁੱਖ ਸੀਗਾ ਜੀ, ਰੁੱਖ ਦੇ ਹੇਠਾਂ ਸੱਚੇ ਪਾਤਸ਼ਾਹ ਜਾ ਕੇ ਬੈਠ ਕੇ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਜੀ। ਇੱਕ ਬੰਦਾ ਮਹਾਰਾਜ ਦੇ ਦਰਸ਼ਨ ਕਰਕੇ ਗਿਆ ਜੀ, ਉਹਨੇ ਹੋਰਨਾਂ ਲੋਕਾਂ ਨੂੰ ਦੱਸਿਆ ਵੀ ਬਾਹਰ ਰੁੱਖ ਦੇ ਹੇਠਾਂ ਸੰਤ ਬੈਠੇ ਨੇ, ਦੋ ਉਹਨਾਂ ਦੇ ਚੇਲੇ ਨੇ ਅਤੇ ਉਹਨਾਂ ਦੇ ਦਰਸ਼ਨ ਕੀਤਿਆਂ ਮਨ ਠੰਡਾ ਹੁੰਦਾ ਜੀ। ਬੜੇ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਿਰ ਦਰਸ਼ਨ ਕਰਨ ਆਏ ਜੀ ਉਸ ਪਿੰਡ ਵਿੱਚ। ਹਾਂਜੀ ਆਨ ਆਨ ਦੀਨੋ ਹਿਤ ਅਸਨਾ, ਹਾਂਜੀ ਬਿਨਾਂ ਯੁਗਤ ਬਾਣੀ ਭਨ ਰਸਨਾ। ਗੁਰਮੁਖੋ ਉਹ ਪਿੰਡ ਦੇ ਲੋਕਾਂ ਦੇ ਭਾਗ ਜਾਗੇ ਜੀ। ਪਿੰਡ ਵਾਲਿਆਂ ਨੇ ਨਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਇਆ ਜੀ ਬੜੇ ਪ੍ਰੇਮ ਨਾਲ ਜੀ। ਤੇ ਰੱਬ ਦੇ ਸੰਤ ਜਾਣ ਕੇ, ਇਹ ਨਹੀਂ ਪਤਾ ਵੀ ਰੱਬ ਦਾ ਰੂਪ ਹੀ ਨੇ ਜੀ, ਇਹ ਖੁਦ ਪਰਮੇਸ਼ਰ ਨੇ ਜੀ। ਬਸ ਇਹ ਹੈ ਵੀ ਰੱਬ ਦੇ ਸੰਤ ਨੇ, ਰੱਬ ਦੇ ਪਿਆਰੇ ਨੇ, ਤੇ ਗੁਰੂ ਨਾਨਕ ਸਾਹਿਬ ਨਾਲ ਬੜੇ ਮਿੱਠੇ ਮਿੱਠੇ ਬੋਲ ਬੋਲੇ ਜੀ ਉਹਨਾਂ ਨੇ ਜੀ। ਹੁਣ ਇੱਕ ਗੱਲ ਯਾਦ ਰੱਖੋ, ਮਿੱਠੇ ਬੋਲ ਤੁਸੀਂ ਆਮ ਕਿਸੇ ਬੰਦੇ ਨਾਲ ਬੋਲਦੇ ਹੋ ਤਾਂ ਬੰਦਾ ਤੁਹਾਡਾ ਭਲਾ ਕਰੇਗਾ ਜੀ, ਤੇ ਜਦੋਂ ਗੁਰੂ ਸਾਹਿਬ ਨਾਲ ਬੋਲੋਗੇ ਤੇ ਗੁਰੂ ਸਾਹਿਬ ਕਿਉਂ ਨਹੀਂ ਭਲਾ ਕਰਨਗੇ ਜੀ। ਹਾਂਜੀ ਤਿਨਕੀ ਬਿਨੈ ਸ਼੍ਰੋਣ ਧਰ ਪੂਰੀ, ਹਾਂਜੀ ਨੈਣ ਕੋਹ ਕਰੁਣਾ ਜਿਨ ਪੂਰੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੂੰ ਉਹ ਪਿੰਡ ਦੇ ਲੋਕ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਇਸੇ ਤਰ੍ਹਾਂ ਇੱਥੇ ਬੈਠੋ, ਖੂਬ ਲੰਮਾ ਸਮਾਂ ਰਹੋ ਤੇ ਮਹਾਰਾਜ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਇਆ ਕਰਾਂਗੇ ਤੇ ਤੁਸੀਂ ਸਾਨੂੰ ਰੱਬ ਦੀਆਂ ਗੱਲਾਂ ਪਰਮੇਸ਼ਰ ਦਾ ਨਾਮ ਸੁਣਾਇਆ ਕਰੋ। ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਬੈਠ ਗਏ ਜੀ ਉੱਥੇ ਜੀ। ਉਹ ਰੁੱਖ ਦੇ ਹੇਠਾਂ ਮਹਾਰਾਜ ਨੇ ਡੇਰਾ ਲਾ ਲਿਆ ਜੀ। ਭਾਈ ਬਾਲਾ ਜੀ ਕਹਿਣ ਲੱਗੇ ਇੱਕ ਬੰਨੇ ਮੈਂ ਪੈ ਜਾਣਾ, ਇੱਕ ਬੰਨੇ ਮਰਦਾਨਾ ਜੀ ਨੇ ਪੈ ਜਾਣਾ, ਪ੍ਰਸ਼ਾਦਾ ਛੱਕ ਕੇ ਅਸੀਂ ਤੇ ਕਰਨਾ ਆਰਾਮ
ਤੇ ਗੁਰੂ ਨਾਨਕ ਸਾਹਿਬ ਆਰਾਮ ਨਹੀਂ ਸੀ ਕਰਦੇ ਹੁੰਦੇ, ਇੱਕ ਟੱਕ ਬੈਠੇ ਰਹਿੰਦੇ ਹੁੰਦੇ ਸੀ ਸੱਚੇ ਪਾਤਸ਼ਾਹ। ਹਾਂਜੀ। ਦੋਹਰਾ ਕਿਤਕ ਦਿਵਸ ਕੀਨੋ ਸਿਵਰ ਕਰਨ ਨਰਨ ਕਲਿਆਨ। ਕੁਝ ਕੁ ਦਿਨ ਸੱਚੇ ਪਾਤਸ਼ਾਹ ਨੂੰ ਹੋ ਗਏ ਉੱਥੇ ਰੁੱਖ ਹੇਠਾਂ ਬੈਠੇ ਹਾਂ ਜੀ, ਤੇ ਉਹ ਲੋਕ ਭਾਵਨਾ ਨਾਲ ਪ੍ਰਸ਼ਾਦਾ ਛਕਾਉਂਦੇ ਰਹੇ ਗੁਰੂ ਸਾਹਿਬ ਨੂੰ, ਬੜੇ ਪ੍ਰੇਮ ਨਾਲ ਗੁਰੂ ਦੀ ਸੇਵਾ ਕਰਦੇ ਰਹੇ। ਤੇ ਇੱਕ ਦਿਨ ਮਹਾਰਾਜ ਬੈਠੇ ਬੈਠੇ ਪਤਾ ਕੀ ਸੋਚਣ ਦੇ, ਹਾਂਜੀ ਇੱਕ ਵਾਰੀ ਗੱਜ ਕੇ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਬੈਠੇ ਬੈਠੇ ਸੋਚਣ ਦੇ, ਇਹਨਾਂ ਮਨੁੱਖਾਂ ਸਾਡੀ ਸੇਵਾ ਬੜੀ ਕੀਤੀ, ਬਾਲੇ ਤੇ ਮਰਦਾਨੇ ਨੂੰ ਛਕਾਇਆ ਪ੍ਰਸ਼ਾਦਾ, ਤੇ ਮਹਾਰਾਜ ਗਰੀਬ ਨਿਵਾਸ ਜੀ ਸੋਚਣ ਦੇ ਵੀ ਇਹਨਾਂ ਪਿੰਡ ਵਾਲਿਆਂ ਦਾ ਭਲਾ ਕਰੀਏ ਜੀ, ਕਿਸੇ ਤਰੀਕੇ ਨਾਲ ਇਹਨਾਂ ਦਾ ਭਲਾ ਕਰ ਦਈਏ। ਤੇ ਭਲਾ ਭਲਾ ਕਿਹੜਾ ਜੀ, ਇੱਕ ਧੁੰਦਾ ਇੱਕ ਅੱਧੇ ਦਿਨ ਵਾਸਤੇ ਭਲਾ ਕਰਨਾ, ਕਲਿਆਣ ਕਰ ਦਈਏ ਜੀ। ਕਲਿਆਣ ਕਹਿੰਦੇ ਜਿੰਦਿਆਂ ਜੀ ਵੀ ਭਲਾ ਹੋਣਾ ਤੇ ਮੌਤ ਤੋਂ ਬਾਅਦ ਵੀ ਭਲਾ ਹੋਣਾ ਜੀ, ਪੂਰੇ ਦੇ ਪੂਰੇ ਪਿੰਡ ਬਾਰੇ ਸੱਚੇ ਪਾਤਸ਼ਾਹ ਸੋਚਣ ਦੇ, ਇਹਨਾਂ ਸਾਨੂੰ ਪ੍ਰਸ਼ਾਦਾ ਛਕਾਇਆ, ਇਹਨਾਂ ਦਾ ਭਲਾ ਕਰ ਦਈਏ ਕਿਸੇ ਤਰੀਕੇ ਨਾਲ, ਕਲਿਆਣ ਕਰ ਦਈਏ ਇਹਨਾਂ ਦਾ। ਹਾਂਜੀ। ਰਾਜ ਰਿਖੀ ਸਿੱਖਿਆ ਸੁਖਦ ਜੇ ਦਰਸ਼ਨ ਅਗਹਾਨ। ਉਹ ਸੱਚੇ ਪਾਤਸ਼ਾਹ ਮਨ ਵਿੱਚ ਵਿਚਾਰ ਕਰਨ ਦੇ, ਜਿਹਨਾਂ ਦੇ ਦਰਸ਼ਨ ਕੀਤੇ ਹੀ ਪਾਪ ਦੂਰ ਹੁੰਦੇ ਜੀ। ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨ ਵਿੱਚ ਫੁਰਨਾ ਬਣਾ ਰਹੇ ਨੇ, ਇਹਨਾਂ ਦਾ ਭਲਾ ਕਿਵੇਂ ਕਰੀਏ ਜੀ। ਵੇਖ ਲਓ ਜੋ ਬੰਦੇ ਦਾ ਸੁਭਾਅ ਉਹਦੇ ਮਨ ਦੇ ਫੁਰਨੇ ਵੀ ਉਹੋ ਜਿਹੇ ਚੱਲਣੇ ਜੀ। ਹਾਂਜੀ। ਚੌਪਈ ਬਾਸੁਰ ਕਿਤਕ ਬਤੀਤੇ ਜਬ ਹੀ। ਹਾਂਜੀ। ਸੇਵੈ ਪ੍ਰੀਤ ਧਾਰ ਉਰ ਸਭ ਹੀ। ਬਸ ਉਹ ਮਹਾਰਾਜ ਬੈਠੇ ਰਹੇ ਜੀ, ਉਹ ਪਿੰਡ ਵਾਲਿਆਂ ਦੇ ਭਾਗ ਚੰਗੇ ਸੀ, ਉਹ ਅੱਕੇ ਨਹੀਂ ਜੀ। ਕਈ ਵਾਰੀ ਬੰਦਾ ਸੇਵਾ ਕਰ ਕਰ ਅੱਕ ਜਾਂਦਾ ਜੀ, ਬਾਣੀ ਪੜ ਪੜੀ ਅੱਕ ਜਾਂਦਾ ਜੀ, ਉਹ ਅੱਕੇ ਨਹੀਂ, ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਜੀ। ਹਾਂਜੀ। ਏਕ ਦਿਓਸ ਮਹਿ ਕੀਨ ਤਿਆਰੀ ਨਿਜ ਨਿਕੇਤ ਕੀ ਸੌਜ ਸੰਭਾਰੀ। ਉਹ ਬਸ ਇੱਕ ਦਿਨ ਨਾ ਜੀ ਉਹਨਾਂ ਸਾਰੇ ਮਨੁੱਖਾਂ ਤਿਆਰੀ ਕਰ ਲਈ ਪਿੰਡ ਚੋਂ ਬਾਹਰ ਜਾਣ ਦੀ ਜੀ। ਹੁਣ ਧਿਆਨ ਨਾਲ ਗੱਲ ਸੁਣਿਓ, ਮਹਾਰਾਜ ਬੈਠੇ ਉਹ ਸਾਰੇ ਪਿੰਡ ਵਾਲਿਆਂ ਨੇ ਤਿਆਰੀ ਕਰ ਲਈ ਜੀ ਪਿੰਡ ਚੋਂ ਬਾਹਰ ਜਾਣ ਦੀ ਜੀ। ਹਾਂਜੀ। ਤਿੰਨ ਕੀ ਰੀਤ ਹੇਰ ਕਰ ਸਵਾਮੀ ਭਣੇ ਬਚਨ ਸੁਭ ਅੰਤਰ ਜਾਮੀ। ਸੱਚੇ ਪਾਤਸ਼ਾਹ ਆਖੋ ਸਾਰੇ ਗੱਜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰੂ ਸਾਹਿਬ ਨੇ ਵੇਖਿਆ ਵੀ ਇਹ ਸਾਰੇ ਭਾਂਡੇ ਟਿੰਡੇ ਬੰਨ ਕੇ ਤੁਰੀ ਜਾਂਦੇ ਇੱਥੋਂ, ਸਾਰੇ ਸਮਾਨ ਬੰਨ ਕੇ ਤੁਰੀ ਜਾ ਰਹੇ ਇੱਥੋਂ। ਹਾਂਜੀ। ਬਾਲ ਬੱਚੇ ਪਰਿਵਾਰ ਸਾਰਿਆਂ ਦੇ ਕੱਪੜੇ ਪੈਕ ਕਰ ਲਏ ਇਹਨਾਂ ਨੇ, ਇੱਥੋਂ ਜਾ ਰਹੇ ਜੀ। ਹੈ ਤੇ ਅੰਤਰ ਜਾਮੀ, ਸਭ ਕੁਝ ਜਾਣਦੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ ਜੀ ਉਹਨਾਂ ਪਿੰਡ ਦੇ ਲੋਕਾਂ ਨੂੰ ਕਹਿਣ ਲੱਗੇ। ਹਾਂਜੀ। ਸਕਟਨ ਵਿਖੇ ਸੋਜ ਤੁਮ ਪਾਈ ਗ੍ਰਾਮ ਤਿਆਗ ਗਮਣੇ ਕਹਿ ਥਾਈ। ਮਹਾਰਾਜ ਕਹਿੰਦੇ ਤੁਸੀਂ ਏਡੇ ਏਡੇ ਵੱਡੇ ਗੱਡੇ ਭਰ ਲਏ ਨੇ ਸਮਾਨ ਨਾਲ। ਹਾਂਜੀ। ਇੰਨੇ ਇੰਨੇ ਵੱਡੇ ਗੱਡੇ ਭਰ ਲਏ ਨੇ, ਕਿੱਥੇ ਚੱਲੇ ਕਹਿਣ ਲੱਗੇ ਤੁਸੀਂ। ਹਾਂਜੀ। ਕਿਸੇ ਦੁੱਖ ਤੇ ਕਰ ਸਦਨ ਉਜਾਰਾ ਚਲੇ ਅਨਤ ਯੁੱਤ ਸਭ ਪਰਿਵਾਰਾ। ਤੇ ਸੱਚੇ ਪਾਤਸ਼ਾਹ ਗਰੀਬ ਨਿਵਾਸ ਕਹਿਣ ਲੱਗੇ ਕੋਈ ਤੁਹਾਨੂੰ ਦੁੱਖ ਹੈ ਕਹਿਣ ਲੱਗੇ, ਤੁਸੀਂ ਆਪਣਾ ਨਗਰ ਛੱਡ ਕੇ ਚਲੇ ਚੱਲੇ ਹੋ, ਆਪਣਾ ਪਿੰਡ ਛੱਡ ਕੇ ਚਲੇ ਚੱਲੇ, ਤੁਹਾਨੂੰ ਕੀ ਦੁੱਖ ਹੈ ਕਹਿਣ ਲੱਗੇ, ਸਾਨੂੰ ਆਪਣਾ ਦੁੱਖ ਦੱਸੋ ਕਹਿਣ ਲੱਗੇ। ਹਾਂਜੀ। ਕਿਦੋਂ ਭਇਓ ਭੈ ਭੂਪਤ ਕਾਂਕੋ। ਜਾਂ ਤੁਹਾਨੂੰ ਇੱਥੋਂ ਦਾ ਰਾਜਾ ਦੁਖੀ ਕਰਦਾ ਕਹਿਣ ਲੱਗੇ, ਤਾਂ ਵੀ ਸਾਨੂੰ ਦੱਸੋ। ਹਾਂਜੀ। ਤੁਮੈ ਵਿਘਨ ਕੋ ਕਹੀਏ ਤਾਂ ਕੋ। ਦੱਸੋ ਤੁਹਾਨੂੰ ਕਿਹੜਾ ਵਿਘਨ ਹੈਗਾ ਕਹਿਣ ਲੱਗੇ, ਉਹ ਤੁਹਾਡਾ ਵਿਘਨ ਅਸੀਂ ਦੂਰ ਕਰ ਦਈਏ ਜੀ। ਗੱਜ ਕੇ ਆਖੋ ਵਾਹਿਗੁਰੂ। ਬੋਲਣ ਵਾਲੇ ਤੇ ਬੜੇ ਕਹਿੰਦੇ ਵੀ ਤੁਹਾਡੇ ਵਿਘਨ ਦੂਰ ਕਰ ਦਈਏ ਜੀ। ਹਾਂਜੀ। ਪਰ ਇਹ ਗੱਲ ਕਵੇ ਉਹ ਜਿਹਦੇ ਵਿੱਚ ਤਾਕਤ ਹੈਗੀ, ਜਿਹਦੇ 'ਚ ਸ਼ਕਤੀ ਹੈਗੀ ਜੀ ਇੰਨੀ ਜੀ। ਮਹਾਰਾਜ ਕਹਿਣ ਲੱਗੇ ਦੱਸੋ ਤੁਹਾਡੇ ਸਾਰੇ ਵਿਘਨ ਦੂਰ ਕਰ ਦਈਏ ਕਹਿਣ ਲੱਗੇ। ਹਾਂਜੀ। ਦੋਹਰਾ ਸੁਣ ਕਰ ਸ੍ਰੀ ਗੁਰੂ ਕੇ ਬਚਨ ਮਾਨਵ ਜੁਗ ਕਰ ਬੰਦ। ਉਹ ਜਾਂਦੇ ਜਾਂਦੇ ਬੰਦੇ ਉਹਨਾਂ ਗੱਡੇ ਰੋਕ ਲਏ ਤੇ ਰੁੱਖ ਦੇ ਥੱਲੇ ਨਾ ਜੀ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ, ਗੱਡੇ ਰੋਕ ਕੇ ਤੇ ਉਤਰ ਗਏ। ਗੁਰੂ ਨਾਨਕ ਸਾਹਿਬ ਦੇ ਅੱਗੇ ਉਹਨਾਂ ਹੱਥ ਜੋੜ ਲਏ ਜੀ। ਹੱਥ ਜੋੜ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਇਹ ਗੱਲ ਕਹੀ ਜੀ। ਹਾਂਜੀ। ਨਿਜ ਬਿਰਥਾ ਭਾਖਤ ਭਏ ਅਗਰਜ ਦੋਖ ਨਿਕੰਦ। ਦੋਖ ਨਿਕੰਦ, ਪਾਪਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ ਨੂੰ
ਉਹਨਾਂ ਸਾਰੀ ਗੱਲ ਦੱਸੀ ਵੀ ਉਹ ਆਪਣੇ ਪਿੰਡ 'ਚੋਂ ਬਾਹਰ ਕਿਉਂ ਚੱਲੇ ਨੇ ਜੀ। ਤੁਸੀਂ ਖੁਦ ਸੋਚੋ, ਵਸਿਆ ਹੋਇਆ ਪਿੰਡ ਛੱਡ ਕੇ ਜਾਣ ਨੂੰ ਕਿਹਦਾ ਜੀ ਕਰਦਾ ਜੀ, ਪਰ ਉਹ ਸਾਰਾ ਕੁਝ ਛੱਡ ਕੇ ਚੱਲੇ ਸੀਗੇ ਜੀ। ਹਾਂਜੀ ਚੌਪਈ ਸੁਣੋ ਸੁਖਦ ਜੀ, ਸ੍ਰੀ ਗੁਰੂ ਨਾਨਕ ਤੇ ਹੱਥ ਜੋੜ ਕੇ ਨਾ ਜੀ, ਉਸ ਪਿੰਡ ਦੇ ਬਜ਼ੁਰਗ ਲੋਕ ਸਿਆਣੇ ਲੋਕ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਤੁਸੀਂ ਸੁੱਖਾਂ ਦੇ ਘਰ ਹੋ ਤੇ ਸਾਡੀ ਬੇਨਤੀ ਧਿਆਨ ਨਾਲ ਸੁਣੋ ਮਹਾਰਾਜ। ਹਾਂਜੀ ਲੱਗਿਆ ਅਗਨ ਇਸ ਗ੍ਰਾਮ ਅਚਾਨਕ, ਮਹਾਰਾਜ ਤੁਹਾਨੂੰ ਤੇ ਥੋੜੇ ਦਿਨ ਹੋਏ ਇੱਥੇ ਆਇਆ ਨੂੰ, ਅਸੀਂ ਬੜੇ ਚਿਰਾਂ ਤੋਂ ਇੱਥੇ ਰਹਿੰਦੇ ਹਾਂ, ਪਤਾ ਨਹੀਂ ਕੀ ਗੱਲ ਅਚਾਨਕ ਹੀ ਸਾਡੇ ਪੂਰੇ ਪਿੰਡ ਨੂੰ ਅੱਗ ਲੱਗ ਜਾਂਦੀ ਹੈ ਮਹਾਰਾਜ। ਅਚਾਨਕ ਹੀ ਇੱਕ ਦਿਨ ਆਉਂਦਾ ਹੈ ਤੇ ਉਸ ਪਿੰਡ ਨੂੰ ਅੱਗ ਲੱਗ ਜਾਂਦੀ, ਸਾਡੇ ਪਿੰਡ ਨੂੰ ਅੱਗ ਲੱਗ ਜਾਂਦੀ ਹੈ। ਹਾਂਜੀ ਇਸ ਦੁੱਖ ਤੇ ਹਮ ਅਨੰਤ ਪਧਾਰੇ, ਤੇ ਜਦੋਂ ਅੱਗ ਲੱਗਣ ਦਾ ਦਿਨ ਨੇੜੇ ਆ ਜੇ ਨਾ ਜੀ, 6 ਮਹੀਨਿਆਂ ਬਾਅਦ ਅੱਗ ਲੱਗਦੀ ਹੈ, ਜਦੋਂ ਉਹ ਅੱਗ ਲੱਗਣ ਦਾ ਦਿਨ ਨੇੜੇ ਆ ਜੇ, ਜਦੋਂ ਸਾਰੇ ਦੇ ਸਾਰੇ ਪਿੰਡ ਨੇ ਸੜ ਜਾਣਾ ਹੁੰਦਾ ਜੀ, ਅਸੀਂ ਉਸ ਦਿਨ ਤੋਂ ਪਹਿਲਾਂ ਆਪਣੇ ਪਿੰਡ 'ਚੋਂ ਬਾਹਰ ਨਿਕਲ ਜਾਂਦੇ ਤੇ ਹੋਰ ਥਾਂ 'ਤੇ ਜਾ ਕੇ ਰਹਿਣ ਲੱਗ ਪੈਂਦੇ ਹਾਂ ਮਹਾਰਾਜ। ਆਹ ਸਾਡਾ ਦੁੱਖ ਹੈ ਸੱਚੇ ਪਾਤਸ਼ਾਹ। ਹਾਂਜੀ ਬਾਹਰ ਆਏ ਕਰ ਹੈ ਘਰ ਬਾਰੇ, ਫਿਰ ਜਦੋਂ ਅੱਗ ਲੱਗ ਜਾਂਦੀ ਹੈ ਦੇਸ਼ ਸੜ ਜਾਂਦਾ ਸਾਡਾ, ਪਿੰਡ ਸੜ ਜਾਂਦਾ, ਪਿੰਡ ਸੜਨ ਤੋਂ ਬਾਅਦ ਜਦੋਂ ਐ ਠੰਡ ਠੰਡੋਰਾ ਹੋ ਜਾਂਦਾ, ਫਿਰ ਅਸੀਂ ਵਾਪਸ ਆ ਕੇ ਇੱਥੇ ਰਹਿਣ ਲੱਗ ਪੈਂਦੇ ਹਾਂ, ਫਿਰ ਸਾਨੂੰ ਮੁੜ ਤੋਂ ਸਾਰਾ ਕੁਝ ਬਣਾਉਣਾ ਪੈਂਦਾ ਸੱਚੇ ਪਾਤਸ਼ਾਹ। ਹਾਂਜੀ ਛਠੇ ਮਾਸ ਇੱਕ ਬਾਸੁਰ ਮਾਹੀ, ਮਹਾਰਾਜ 6 ਮਹੀਨੇ ਜਦੋਂ ਪੂਰੇ ਬਤੀਤ ਹੋ ਜਾਂਦੇ ਨੇ ਨਾ ਜੀ, ਤੇ 6 ਮਹੀਨਿਆਂ ਤੋਂ ਬਾਅਦ ਫਿਰ ਦੇਸ਼ ਸੜਨ ਦਾ ਦਿਨ ਆ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੋ ਜਾਂਦਾ ਐਸਾ ਜੀ, ਹੋ ਜਾਂਦਾ ਜੀ। ਹੁਣ ਵੇਖੋ ਨਾ ਜੀ, 6 ਮਹੀਨਿਆਂ ਬਾਅਦ ਉਹ ਆਪੇ ਹੀ ਦੇਸ਼ ਨੂੰ ਅੱਗ ਲੱਗ ਜਾਣੀ ਜੀ। ਹਾਂਜੀ ਅਗਨ ਸੰਗ ਜਾਵਹਿ ਕੋ ਦਾਹੀ, ਹਾਂਜੀ ਕੇਤਕ ਦਿਵਸ ਸਦਨ ਇਹ ਤਜ ਕੈ, ਹਾਂਜੀ ਬਸ ਹੈ ਅਨੰਦ ਗ੍ਰਾਮ ਭੈ ਭਜ ਕੈ, ਹਾਂਜੀ ਆਪ ਚਲੋ ਜੇ ਸੰਗ ਹਮਾਰੇ। ਤੇ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਪਿੰਡ ਵਾਲੇ ਕਹਿਣ ਲੱਗ ਪਏ, ਮਹਾਰਾਜ ਰੁੱਖ ਹੇਠਾਂ ਬੈਠੇ, ਚਿੱਟਾ ਦਾੜਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਤੇ ਪਿੰਡ ਵਾਲੇ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਤੇ ਬੇਨਤੀ ਕਰਦੇ, ਤੁਸੀਂ ਵੀ ਸਾਡੇ ਨਾਲ ਇਹ ਪਿੰਡ ਛੱਡ ਦਿਓ ਮਹਾਰਾਜ, ਇਸ ਪਿੰਡ ਨੂੰ ਅੱਗ ਲੱਗ ਜਾਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਗੁਰੂ ਨਾਨਕ ਸਾਹਿਬ ਜਾਣ ਉੱਥੇ ਐਸਾ ਹੋ ਸਕਦਾ ਜੀ, ਪਰ ਪਹਿਲਾਂ ਹੁੰਦਾ ਸੀਗਾ ਉੱਥੇ ਜੀ ਐਸਾ। ਮਹਾਰਾਜ ਤੁਸੀਂ ਵੀ ਕਿਰਪਾ ਕਰੋ ਤੇ ਪਿੰਡ ਛੱਡ ਦਿਓ ਸੱਚੇ ਪਾਤਸ਼ਾਹ, ਇਸ ਪਿੰਡ ਵਿੱਚ ਅਚਾਨਕ ਹੀ ਅੱਗ ਲੱਗ ਜਾਂਦੀ, ਸਮਝ ਨਹੀਂ ਆਉਂਦੀ, ਤੁਸੀਂ ਸਾਡੇ ਨਾਲ ਚੱਲੋ, ਤੁਸੀਂ ਵੀ ਨਾਲ ਚੱਲੋ ਸਾਡੇ। ਹਾਂਜੀ ਸੇਵੈ ਸਭ ਵਿਦ ਚਰਨ ਤੁਮਾਰੇ, ਅਸੀਂ ਜਿੱਥੇ ਜਾਵਾਂਗੇ ਉੱਥੇ ਤੁਹਾਡੀ ਪੂਜਾ ਕਰੀ ਚੱਲਾਂਗੇ, ਤੁਸੀਂ ਬੜੇ ਵਧੀਆ ਸੰਤ ਹੋ। ਹਾਂਜੀ ਸੰਤ ਰੂਪ ਤੁਮ ਪਰਉਪਕਾਰੀ, ਹਾਂਜੀ ਹੁਣ ਇੱਛਾ ਜੋ ਕਰੋ ਤੁਮਾਰੀ, ਸਾਡੇ ਵੱਲੋਂ ਤੇ ਇਹੋ ਹੀ ਬੇਨਤੀ ਹੈ ਵੀ ਦੇਸ਼ ਸੜਨ ਦਾ ਸਮਾਂ ਆ ਗਿਆ ਤੇ ਅਸੀਂ ਬਾਹਰ ਚੱਲੇ ਹਾਂ, ਗੁਰੂ ਨਾਨਕ ਸਾਹਿਬ ਸੰਤ ਜੀ ਤੁਸੀਂ ਵੀ ਸਾਡੇ ਨਾਲ ਚੱਲੋ, ਅੱਗੋਂ ਤੁਹਾਡੀ ਇੱਛਾ ਹੈ। ਹਾਂਜੀ ਦੋਹਰਾ ਕਰੁਣਾ ਕਰ ਬੋਲੇ ਬਚਨ ਸ੍ਰੀ ਬੇਦੀ ਕੁਲ ਕੇ, ਤੇ ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਨੂੰ ਦਇਆ ਆ ਗਈ ਜੀ ਉਹਨਾਂ ਲੋਕਾਂ ਤੇ ਜੀ, ਪਤਾ ਤਾਂ ਹੈਗਾ ਹੈਗਾ ਵੀ ਦੇਸ਼ ਕੌਣ ਸਾੜਦਾ ਆ ਕੇ ਜੀ। ਹਾਂਜੀ ਗੁਰੂ ਸਾਹਿਬ ਤੋਂ ਕਿਹੜੀ ਗੱਲ ਦਾ ਸੀਗਾ ਵੀ ਵਾਹਿਗੁਰੂ ਪਿੰਡ, ਪਤਾ ਤਾਂ ਹੈਗਾ ਸੀ ਸਾਰੀ ਗੱਲ ਦਾ ਜੀ। ਹੁਣ ਵੇਖੋ ਨਾ ਜੀ, ਇੱਕ ਘਰ 'ਚ ਨਹੀਂ ਸੀ ਅੱਗ ਲੱਗਦੀ, ਪੂਰੇ ਦਾ ਪੂਰਾ ਪਿੰਡ ਹੀ ਸਾੜ ਸੁੱਟਦਾ ਸੀਗਾ ਜੀ ਕੋਈ ਆ ਕੇ ਜੀ। ਮਹਾਰਾਜ ਨੂੰ ਦਇਆ ਆ ਗਈ ਵੀ ਇਹ ਸਾਨੂੰ ਪ੍ਰਸ਼ਾਦਾ ਛਕਾਇਆ ਇਹਨਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਧਾਰੋ ਸਿੱਖੀ ਗੁਰੂ ਕੀ ਪੁਨਹ ਜਲੈ ਨਿਕੇਤ। ਮਹਾਰਾਜ ਕਹਿੰਦੇ ਇੱਕ ਕੰਮ ਹੋ ਸਕਦਾ, ਤੁਹਾਨੂੰ ਸਦਾ ਵਾਸਤੇ ਆਪਣੇ ਘਰ ਛੱਡਣ ਦੀ ਲੋੜ ਨਹੀਂ ਹੈਗੀ, ਤੁਸੀਂ 6 ਮਹੀਨਿਆਂ ਬਾਅਦ ਘਰ ਛੱਡਦੇ ਫਿਰ ਵਸਦੇ, ਫਿਰ ਛੱਡਦੇ ਫਿਰ ਵਸ ਜਾਂਦੇ ਹੋ, ਤੁਹਾਨੂੰ ਸਦਾ ਵਾਸਤੇ ਟਿਕਾ ਮਿਲ ਜਾਏਗਾ, ਇਹ ਪਿੰਡ ਮੁੜ ਸੜੇਗਾ ਨਹੀਂ ਕਦੀ। ਕਹਿਣ ਲੱਗੇ ਇੱਕ ਕੰਮ ਕਰਨਾ ਪਏਗਾ। ਉਹ ਸਾਰੇ ਬੜੇ ਖੁਸ਼ ਹੋ ਗਏ ਵੀ ਕੀ ਕੰਮ ਕਰਨਾ ਪਏਗਾ, ਵੀ ਸਾਡਾ ਪਿੰਡ ਨਾ ਸੜੇ ਇਹਦੇ ਤੋਂ ਵਧੀਆ ਤਾਂ ਕੰਮ ਨਹੀਂ ਕੋਈ ਹੈਗਾ।
सच्चे पातशाह कहन लगे तुसी सिखी धारण कर लियो तुहाडा पिंड नहीं सड़ेगा। कहन लगे तुसी सिखी धारण कर लो। सिखी धारण का मतलब यह है उपदेश सुनो ते उस उपदेश नू मनना शुरू कर दियो तुहाडा पिंड सड़ेगा नहीं। कहन लगे जी गुरु साहब कहन लगे साडे लागे बह जो ते सारे जपो सत नाम वाहे गुरु सत नाम वाहे गुरु सत नाम वाहे गुरु सत नाम वाहे गुरु इथे बह जो ते सतनाम दा जाप करो। कहन लगे वाहिगुरु वाहिगुरु इथे बह के जपो। हां जी और ते डर को दूर करी जाए अपने मन विचों डर नू दूर कट दियो। कहन लगे तुहानू डरन दी लोड नहीं है कि कहन लगे पिंड वालियां नू गुरु जी ने आख्या। हां जी मन वांछत सुख पाए कनेरे तुसी इथे बह के वाहिगुरु दा जाप करो सिखी नू कमाओ जो मंगोगे तुहानू बैठिया बैठिया मिल जाएगा सारा जी। हां जी बसो शांत सो अपने डेरे महाराज कहन लगे शांति ना अपने इस घर विच रहो किथे सारा घर छड़ोगे पिछों घर सड़ जाना ते सड़े हुए घर नू आके मुड़ बनाओगे दो तीन महीने उस पासे लग जाने। हां जी ते तीन चार महीने रहोगे फिर वापस तुर पोगे बाहर नू जी। गुरु की सिखी धारण कर लियो ਤੁਹਾਡਾ ਪਿੰਡ ਕਦੀ ਵੀ ਨੀ ਸੜੇਗਾ। ਕਹਿਣ ਲੱਗੇ ਹਾਂਜੀ ਅਬ ਤੇ ਲਗਹਿ ਨਾ ਅਗਨ ਅਗਾਰੀ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਅਗਨ ਨਹੀਂ ਲੱਗੇਗੀ ਅੱਗ ਨਹੀਂ ਲੱਗੇਗੀ ਬਚਨ ਕਰਤਾ ਜੀ ਗੁਰੂ ਨਾਨਕ ਸਾਹਿਬ ਨੇ। ਹਾਂਜੀ ਧਰਮਸਾਲ ਸੁੱਠ ਰਚੋ ਸਵਾਰੀ ਹਾਂਜੀ ਸੰਤ ਅਥਿਤ ਕੀਜੈ ਸੇਵਾ ਹਾਂਜੀ ਮਹਿਮਾ ਕੀਰਤ ਲਖ ਭੇਵਾ ਮਹਾਰਾਜ ਕਹਿੰਦੇ ਧਰਮਸ਼ਾਲਾ ਬਣਾਓ ਧਰਮਸ਼ਾਲਾ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ ਰੱਬ ਦੀ ਕੀਰਤੀ ਕਰੋ ਤੇ ਅੱਗ ਨਹੀਂ ਲੱਗੇਗੀ ਦੇਸ਼ ਨੂੰ ਜੀ। ਹਾਂਜੀ ਸੁਣ ਕਰ ਉਰ ਧਰ ਹਰਖ ਬਿਸਾਲਾ ਉਹ ਪਿੰਡ ਵਾਲੇ ਤੇ ਬੜਾ ਖੁਸ਼ ਹੋ ਗਏ ਜੀ ਗੁਰੂ ਜੀ ਦੀ ਗੱਲ ਸੁਣ ਕੇ ਵੀ ਆਹ ਤੇ ਗੱਲ ਬੜੀ ਵਧੀਆ ਆਖੀ ਹੈ ਸਾਡੇ ਵੱਲ ਦੀ ਗੱਲ ਹੈ ਇਹ ਤੇ ਬਹੁਤ ਵਧੀਆ ਹੋਏਗਾ ਸਾਡਾ ਦੇਸ਼ ਸੜਨ ਤੋਂ ਵਾਹਿਗੁਰੂ ਸਾਡਾ ਪਿੰਡ ਸੜਨ ਤੋਂ ਬਚ ਗਿਆ ਤੇ। ਹਾਂਜੀ ਸਿੱਖੀ ਗ੍ਰਹਿਣ ਕਰੀ ਤਤਕਾਲਾ ਉਹਨਾਂ ਉਸੇ ਵੇਲੇ ਹੱਥ ਜੋੜ ਕੇ ਆਖਿਆ ਮਹਾਰਾਜ ਅੱਜ ਤੋਂ ਬਾਅਦ ਅਸੀਂ ਤੁਹਾਡੇ ਸਿੱਖ ਹੋਏ ਤੇ ਤੁਸੀਂ ਕਿਰਪਾ ਕਰੋ ਸਾਡਾ ਦੇਸ਼ ਸੜਨ ਤੋਂ ਬਚਾ ਲਿਓ ਗੱਜ ਕੇ ਆਖੋ ਵਾਹਿਗੁਰੂ ਤੇ ਨਾਲੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਵੇਰੇ ਮਹਾਰਾਜ ਦਾ ਗੁਰਪੁਰਬ ਮਨਾਉਣਾ ਤੇ ਮੈਂ ਸਾਖੀ ਤਾਂ ਬੇਨਤੀ ਕਰਨ ਆ ਵੀ ਤੁਹਾਡੇ ਅੰਦਰ ਚਾਅ ਪੈਦਾ ਹੋ ਜੇ ਜੀ ਹੋਰ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਕਹਿੰਦੇ ਮਹਾਰਾਜ ਸਿੱਖੀ ਤਾਰਨ ਕਰ ਲੈਂਦੇ ਹਾਂ ਤੇ ਸਾਡਾ ਸੱਚੇ ਪਾਤਸ਼ਾਹ ਦੇਸ਼ ਨੂੰ ਵਾਹਿਗੁਰੂ ਪਿੰਡ ਨਾ ਸੜੇ ਜੀ। ਸਿੱਖੀ ਤਿੰਨ ਪ੍ਰਕਾਰ ਦੀ ਮੈਂ ਅੱਗੇ ਵੀ ਬੇਨਤੀ ਕੀਤੀ ਇੱਕ ਹੈਗੀ ਧੰਦੇ ਦੀ ਸਿੱਖੀ ਮਤਲਬ ਵਾਸਤੇ ਜੀ ਇੱਕ ਹੈਗੀ ਦੇਖਾ ਦੇਖੀ ਦੀ ਇਹਨਾਂ ਨੂੰ ਮਤਲਬ ਸੀਗਾ ਜੀ। ਹਾਂਜੀ ਦੁਖੀ ਸੀਗੇ ਜੀ ਹੁਣ ਵੇਖੋ ਨਾ ਜੀ ਛੇ ਮਹੀਨੇ ਕਿਸੇ ਦੇ ਘਰ ਨੂੰ ਅੱਗ ਲੱਗ ਜਾਣੀ ਜੀ ਸਾਰੇ ਦੇ ਸਾਰੇ ਤੇ ਮੁੜ ਆ ਕੇ ਘਰ ਬਣਾਉਣਾ ਤੇ ਫਿਰ ਘਰ ਵਿੱਚ ਰਹਿਣਾ ਕੰਮ ਤੇ ਔਖਾ ਹੀ ਹੈ ਜੀ ਉਹ ਤਿਆਰ ਹੋ ਗਏ ਮਹਾਰਾਜ ਸਿੱਖ ਬਣ ਜਾਂਦੇ ਤੁਹਾਡੇ। ਹਾਂਜੀ ਗਮਨ ਨਾ ਕੀਨ ਗ੍ਰਾਮ ਜੇ ਆਨਾ ਹਾਂਜੀ ਮਾਨ ਸੋ ਬਚਨ ਵਸੇ ਨਿਜ ਥਾਨਾ ਗੁਰਮੁਖੋ ਉਹ ਪਿੰਡ ਵਾਲਿਆਂ ਦੇ ਭਾਗ ਜਾਗ ਗਏ ਉਹਨਾਂ ਗੱਲ ਮੰਨ ਲਈ ਉਹ ਆਪਣਾ ਸਮਾਨ ਵਾਪਸ ਰੱਖ ਦਿੱਤਾ ਜੀ ਉਹਨਾਂ ਨੇ ਜੀ ਗੱਡਿਆਂ ਚੋਂ ਉਤਰ ਗਏ ਜੀ ਜੇ ਤੁਸੀਂ ਕਹਿੰਦੇ ਹੋ ਨਾ ਸੰਤ ਜੀ ਤੇ ਫਿਰ ਅਸੀਂ ਕਿ ਹੋਰ ਪਿੰਡ ਨਹੀਂ ਜਾਂਦੇ ਜੀ। ਹਾਂਜੀ ਦੋਹਰਾ ਸਭ ਸੰਭਾਰ ਸੰਭਾਰ ਕੇ ਸ੍ਰੀ ਨਾਨਕ ਢਿੱਗ ਆਨ ਸਾਰਾ ਸਮਾਨ ਆਪੋ ਆਪਣੇ ਘਰਾਂ ਚ ਟਿਕਾ ਕੇ ਨਾ ਜੀ ਤੇ ਸਾਰਾ ਪਿੰਡ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਬਹਿ ਗਿਆ ਜੀ। ਹਾਂਜੀ ਰਾਖੀ ਡਰ ਕਰ ਅਗਣ ਤੇ ਉਰ ਸੰਦੇਹ ਕੋ ਮਾਨ ਕੋਲ ਤੇ ਆ ਕੇ ਬਹਿ ਗਏ ਜੀ ਪਰ ਕਈਆਂ ਨੇ ਜਨਮ ਤੋਂ ਇਹ ਨਜ਼ਾਰਾ ਵੇਖਿਆ ਸੀਗਾ ਵੀ ਛੇ ਮਹੀਨੇ ਬਾਅਦ ਦੇਸ਼ ਪਿੰਡ ਸੜਨਾ ਹੀ ਸੜਨਾ ਜੀ ਉਹ ਗੁਰੂ ਨਾਨਕ ਸਾਹਿਬ ਦੇ ਲਾਗੇ ਤੇ ਬਹਿ ਗਏ ਤੇ ਮਨ ਉਹਨਾਂ ਦਾ ਡਰਦਾ ਹੀ ਰਿਹਾ ਜੀ ਵੀ ਸਾਡਾ ਸਮਾਂ ਆਉਣ ਵਾਲਾ ਤੇ ਸੰਤਾਂ ਤੇ ਚਲੋ ਬਚਨ ਕਰਦੇ ਹੈ ਪਰ ਸਾਡਾ ਜਿਹੜਾ ਪਿੰਡ ਹੈ ਉਹ ਸੜ ਜਾਣਾ। ਹਾਂਜੀ
ਚੌਪਈ ਸਭੈ ਨਾਰ ਨਰ ਗੁਰ ਢਿਗ ਬੈਸੇ ਹਾਂਜੀ ਨਾਮ ਜਪੋ ਐਸੇ ਉਪਦੇਸ਼ੇ ਅੱਜ ਕੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ ਸਾਰਿਆ ਪਿੰਡ ਇਕੱਠਾ ਹੋ ਕੇ ਨਾ ਜੀ ਤੇ ਰੁੱਖ ਦੇ ਆਲੇ ਦੁਆਲੇ ਮਹਾਰਾਜ ਦੇ ਲਾਗੇ ਬਹਿ ਗਏ ਜੀ ਸਾਰੇ ਜੀ ਤੇ ਸਾਰੇ ਚੁੱਪ ਕਰਕੇ ਬਹਿ ਗਏ ਤੇ ਵਿੱਚੋਂ ਲੋਕੀ ਡਰਨ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਡਰੋ ਨਾ ਤੇ ਵਾਹਿਗੁਰੂ ਜਪੋ ਨਾਮ ਜਪੋ ਕਹਿਣ ਲੱਗੇ ਤੁਸੀਂ ਵੀ ਆਖੋ ਵਾਹਿਗੁਰੂ ਜੀ ਵਾਹਿਗੁਰੂ 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 ਲੋਕ ਡਰੇ ਪਏ ਸੀਗੇ ਸਾਡੇ ਘਰ ਸੜ ਜਾਣੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਬੈਠ ਗਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੱਥੇ ਬਹਿ ਕੇ ਨਾਮ ਜਪੋ ਕਹਿਣ ਲੱਗੇ ਸਾਰੇ ਹਾਂਜੀ ਧਾਰ ਅਗਨ ਡਰ ਤਜ ਨਿਜ ਸਜਣਾ ਹਾਂਜੀ ਉਹੇ ਨਿਕਟ ਸ੍ਰੀ ਗੁਰ ਪਦ ਪਦਮਾ ਐ ਸਾਰੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਕੇ ਬੈਠ ਗਏ ਤੇ ਗੁਰਮੁਖੋ ਇੱਕ ਗੱਲ ਦਾ ਚੇਤਾ ਰੱਖੋ ਇਸ ਦੁਨੀਆਂ ਵਿੱਚ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਮਿਲ ਗਏ ਆਗੋ ਦਾ ਕੁਝ ਵੀ ਵਿਗਾੜ ਨਹੀਂ ਚੇ ਸਕਦੀ ਜੀ ਸਾਰੀ ਦੁਨੀਆਂ 'ਚ ਜਿਹਨੂੰ ਸਮਰੱਥ ਗੁਰੂ ਦੇ ਚਰਨ ਮਿਲ ਜਾਣ ਜਿਹਨੂੰ ਸਮਰੱਥ ਗੁਰੂ ਦੇ ਹੱਥ ਮਿਲ ਜੇ ਆਗੋ ਦਾ ਕੁਛ ਨਹੀਂ ਵਿਗਾੜ ਸਕਦੀ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਹੇ ਭਾਹੇ ਨਾ ਸਾਕੇ ਜਾਂਦੇ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਆ ਕੇ ਬੈਠ ਗਏ ਸਾਰੇ ਹਾਂਜੀ ਤਬ ਇੱਕ ਦੈਂਤ ਰੂਪ ਬਿਕਰਾਰਾ ਬਸ ਉਹ ਉਧਰੋਂ ਸੜਨ ਦਾ ਸਮਾਂ ਹੋ ਗਿਆ ਜੀ ਤੇ ਪਿੰਡ ਵਾਲਿਆਂ ਨੇ ਅੱਜ ਪਤਾ ਲੱਗਾ ਵੀ ਸਾਡਾ ਪਿੰਡ ਕੌਣ ਸਾੜਦਾ ਸੀਗਾ ਕੇ ਜੀ ਹਾਂਜੀ ਉਸ ਪਿੰਡ ਵਿੱਚ ਇੱਕ ਬੜਾ ਵੱਡਾ ਦੈਂਤ ਆਇਆ ਜੀ ਦੈਂਤ ਜੀ ਰਾਕਸ਼ਸ ਆਇਆ ਜੀ ਇੱਕ ਹਾਂਜੀ ਆਵਤ ਨਰ ਨਾਰਨ ਨਿਹਾਰਾ ਉਹਨਾਂ ਵੇਖਿਆ ਜੀ ਸਾਰੇ ਮਨੁੱਖਾਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਲਾਗੇ ਬੈਠੇ ਸੀ ਵੀ ਉਹ ਦੈਂਤ ਸਾਡੇ ਪਿੰਡ ਵਿੱਚ ਵੜ ਰਿਹਾ ਜੀ ਹਾਂਜੀ ਪੱਗ ਪਤਾਲ ਸੀਸ ਨਭ ਧਾਰੀ ਤੇ ਇਹ ਕਾਦੋਰਾ ਬੜਾ ਉੱਚਾ ਲੰਮਾ ਤੇ ਬੜਾ ਭਿਆਨਕ ਚਿਹਰਾ ਜੀ ਉਹਦਾ ਜੀ ਚਿਹਰਾ ਵੇਖ ਕੇ ਡਰ ਆਉਂਦਾ ਜੀ ਹੋਰ ਇਹਨਾਂ ਤੋਂ ਕੀ ਆਉਣਾ ਜੀ ਹਾਂਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਜਿਹੜਾ ਨਾਮ ਨੀ ਨਾ ਜਪਦੇ ਉਹਨਾਂ ਦਾ ਚਿਹਰਾ ਵੇਖ ਕੇ ਡਰ ਆਉਂਦਾ ਕਹਿਣ ਲੱਗੇ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਿਸਾਰੇ ਆਉਣ ਨਾ ਜਿਹੜੇ ਨਾਮ ਨੀ ਜਪਦੇ ਉਹਨਾਂ ਤੋਂ ਤਾਂ ਡਰ ਲੱਗਦਾ ਕਹਿਣ ਲੱਗੇ ਹਾਂਜੀ ਉਹ ਡਰ ਆਵੇ ਜੀ ਉਸ ਦੈਂਤ ਨੂੰ ਵੇਖ ਕੇ ਸਾਰਿਆਂ ਨੂੰ ਹਾਂਜੀ ਲੋਹਿਤ ਸ਼ਮਸ ਭਯੰਕਰ ਭਾਰੀ ਹਾਂਜੀ ਨਰ ਤਬ ਵੈਸੇ ਰਾਖਸ ਹੇਰੇ ਹਾਂਜੀ ਅਗਣ ਨੈਣ ਕੇ ਕ੍ਰੋਧ ਘਨੇਰੇ ਤੇ ਗੁਰਮੁਖੋ ਉਹ ਦੈਂਤ ਜਦੋਂ ਆਇਆ ਉਹਨੇ ਵੇਖਿਆ ਵੀ ਰੁੱਖ ਦੇ ਹੇਠਾਂ ਇੱਕ ਸੰਤ ਬੈਠੇ ਨੇ ਤੇ ਸੰਤਾਂ ਦੇ ਆਲੇ ਦੁਆਲੇ ਸਾਰਾ ਪਿੰਡ ਬੈਠਾ ਹੈ ਤੇ ਪਿੰਡ ਵਾਲੇ ਮੇਰੇ ਤੋਂ ਡਰਦਿਆਂ ਪਿੰਡ ਛੱਡ ਕੇ ਨਹੀਂ ਗਏ ਹਾਂਜੀ ਡਰ ਮਮ ਤਿਆਗ ਰਹੇ ਇਹ ਥਾਈ ਤਾਂ ਜੋ ਨਾ ਅਬ ਇਨ ਲਿਓ ਚਬਾਈ ਇਹਨਾਂ ਮੇਰਾ ਡਰ ਛੱਡ ਹੀ ਦਿੱਤਾ ਅੰਦਰੋਂ ਇੱਥੇ ਬੈਠੇ ਰਹੇ ਹੁਣ ਤੱਕ ਤੇ ਇਹਨਾਂ ਨੂੰ ਪਿੰਡ ਛੱਡ ਦੇਣਾ ਚਾਹੀਦਾ ਸੀ ਤੇ ਦੈਂਤ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਇਸ ਵਾਰ ਪਿੰਡ ਸਾੜਨ ਤੋਂ ਪਹਿਲਾਂ ਮੈਂ ਇਹਨਾਂ ਬੰਦਿਆਂ ਜਿਉਂਦਿਆਂ ਨੂੰ ਹੀ ਸਾੜ ਦੇਣਾ ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਖਾ ਜਾਣਾ ਇਹਨਾਂ ਨੂੰ ਮੈਂ ਪਿੰਡ ਤੇ ਬਾਅਦ ਚੋਂ ਸਾੜਾਂਗਾ ਪਹਿਲਾਂ ਇਸ ਪਿੰਡ ਦੇ ਬੰਦਿਆਂ ਨੂੰ ਸਾੜਾਂਗਾ ਕਹਿਣ ਲੱਗਾ ਜਿਹੜਾ ਮੇਰੇ ਡਰ ਤੋਂ ਇਹ ਪਿੰਡ ਨਹੀਂ ਛੱਡ ਕੇ ਗਏ ਹਾਂਜੀ ਦੋਹਰਾ ਦਾਰੁਣ ਦੀਰਘ ਦਾਂਤ ਖਲ ਓਸਟ ਚਾਟਤ ਜੀ ਹਾਂਜੀ ਹਾਥ ਬਿਖੈ ਜਵਲਤੀ ਅਗਨ ਨਰ ਦੁਖਦਾਨੀ ਦੀ ਗੁਰਮੁਖੋ ਬੜਾ ਭੈੜਾ ਚਿਹਰਾ ਬੜੀ ਲੰਮੀ ਉਹਦੀ ਦੇਹ ਹੱਥ ਵਿੱਚ ਉਹਨੇ ਵੱਢੀ ਸੜਦੀ ਹੋਈ ਲੱਕੜ ਫੜੀ ਸੀਗੀ ਜੀ ਇੱਕ ਜੀ ਤੇ ਸੰਗਤਾਂ ਦੇ ਆਲੇ ਦੁਆਲੇ ਨਾ ਜੀ ਆਉਣ ਲੱਗਾ ਜੀ
मैं फिर बेनती करा गुरमुखो बचे शरण जो होए। आपा कहने ना जी बचे शरण जो जेड़ा शरण विच आ जांदा वो बच जांदा जी। पिंड वाले गुरु नानक साहब जी दी शरण विच आ गए हैगे जी। हां जी चौपाई डरे लोग जानी मृत आई, पर वो जदों इन्ना वड्डा दैंत वेख्या जी वो ते डर ही गए। वो कहन लगे भी अज आपा मरे ही मरे पक्का कहन लगे। हां जी पीत पए मुख थूक सुकाई, उन्हां दा ते गुरमुखो ਉਹਨਾਂ ਦੇ ਬੁੱਲ ਤੱਕ ਸੁੱਕ ਗਏ ਜੀ ਪਿੰਡ ਵਾਲਿਆਂ ਦੇ। ਜਦੋਂ ਸਾਹਮਣੇ ਏਡਾ ਵੱਡਾ ਦੈਂਤ ਤੁਰਿਆ ਵਾਵੇ ਜੀ ਤੇ ਕਵੇ ਵੀ ਸਾੜ ਦੇਣਾ ਤੁਹਾਨੂੰ, ਤੁਸੀਂ ਮੇਰਾ ਡਰ ਨਹੀਂ ਮੰਨਿਆ, ਉਲਟਾ ਇੱਥੇ ਬੈਠੇ ਰਹੇ, ਇੱਥੋਂ ਗਏ ਨਹੀਂ ਪਿੰਡ ਤੇ ਬਾਅਦ ਚੋਂ ਸਾੜੂ, ਪਹਿਲਾਂ ਤੁਹਾਨੂੰ ਸਾੜੂ ਜਿੰਦਿਆਂ ਨੂੰ ਜੀ। ਉਹ ਸਭ ਡਰ ਗਏ ਜੀ। ਹਾਂਜੀ ਸੁਖਚੇ ਤਨ ਕੰਪਤ ਬਿਨ ਚੈਨਾ, ਕੁਝ ਬੰਦੇ ਤੇ ਕੰਬਣ ਹੀ ਲੱਗ ਪਏ ਜੀ। ਮੌਤ ਵੱਡਿਆਂ ਵੱਡਿਆਂ ਨੂੰ ਡਰਾ ਦਿੰਦੀ ਹੈ ਜੀ, ਕੁਝ ਬੰਦੇ ਤੇ ਕੰਬਣ ਹੀ ਲੱਗ ਗਏ ਜੀ। ਹਾਂਜੀ ਦੇਖ ਨਾ ਸਕਿਆ ਮੁੰਦਲੀਏ ਨੈਣਾ, ਤੇ ਬਸ ਕਈਆਂ ਤੇ ਅੱਖਾਂ ਹੀ ਬੰਦ ਕਰ ਲਈਆਂ ਵੀ ਆਉਂਦਾ ਤੇ ਮਾਰਦੇ ਹੁਣ ਅਸੀਂ ਕੀ ਕਰ ਸਕਦੇ ਹਾਂ। ਅੱਖਾਂ ਹੀ ਬੰਦ ਕਰ ਲਈਆਂ, ਅੱਖਾਂ ਖੋਲਣ ਦੀ ਹਿੰਮਤ ਨਾ ਰਹੀ ਜੀ ਕਈਆਂ ਦੀ। ਹਾਂਜੀ ਕਹੇ ਪਰਸਪਰ ਅਬ ਭਾ ਮਰਨਾ, ਹਾਂਜੀ ਜਾਵੇ ਕੇ ਚਰਨਨ ਕੀ ਸ਼ਰਨਾ, ਤੇ ਹੁਣ ਕਹਿਣ ਲੱਗੇ ਵੀ ਸੰਤ ਤੇ ਬੈਠੇ ਚੁੱਪ ਕਰਕੇ ਤੇ ਹੁਣ ਅਸੀਂ ਕਿੱਥੇ ਜਾਈਏ। ਹਾਂਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਗੱਲ ਚੇਤਾ ਰੱਖੋ, ਬੰਦਾ ਸ਼ਰਨ ਵਿੱਚ ਵੀ ਹੁੰਦਾ ਤੇ ਬੰਦਾ ਡਰੀ ਵੀ ਜਾਂਦਾ ਜੀ। ਇਸੇ ਤਰ੍ਹਾਂ ਨਾ ਜੀ ਨਾਲੇ ਕਹੀ ਵੀ ਜਾਣਾ ਵੀ ਗੁਰੂ ਦੀ ਸ਼ਰਨ ਵਿੱਚ ਆ ਤੇ ਨਾਲੇ ਨਾਲ ਡਰੀ ਵੀ ਜਾਣਾ ਜੀ। ਜਦੋਂ ਸ਼ਰਨ ਵਿੱਚ ਆ ਗਏ ਫਿਰ ਪੂਰਾ ਪੂਰਾ ਭਰੋਸਾ ਰੱਖਣਾ ਜੀ। ਹਾਂਜੀ ਸਾਡਾ ਗੁਰੂ ਇੰਨਾ ਵੱਡਾ ਸਾਨੂੰ ਕੀ ਹੋ ਸਕਦਾ ਜੀ, ਪਰ ਉਹ ਪਿੰਡ ਵਾਲਿਆਂ ਨੇ ਨਾ ਜੀ ਸੋਚ ਰੱਖ ਲਈ ਜੀ। ਹਾਂਜੀ ਆ ਗਿਆ ਘਰ ਜਲਣੇ ਕੀ ਚਿੰਤਾ, ਆਪ ਜਾਨੀ ਭਾ ਪ੍ਰਾਣਨ ਅੰਤਾ, ਉਹ ਕਹਿਣ ਲੱਗੇ ਅੱਗੇ ਤੇ ਘਰ ਸੜਨ ਦੀ ਚਿੰਤਾ ਸੀ, ਹੁਣ ਤੇ ਮਰਨ ਦੀ ਚਿੰਤਾ ਪੈ ਗਈ ਹੈ। ਹੁਣ ਪਤਾ ਨੀ ਹੁਣ ਦੈਂਤ ਸਾਨੂੰ ਨਾ ਸਾੜ ਦੇ, ਕਹਿ ਰਿਹਾ ਵੀ ਤੁਹਾਨੂੰ ਸਾੜ ਦੇਣਾ। ਹਾਂਜੀ ਭਾਗ ਜਾਏ ਇੱਥੇ ਹਮ ਇਹ ਕਾਲਾ, ਕਹਿ ਰੱਖੇ ਇਨ ਸੰਤ ਕਿਰਪਾਲਾ, ਤੇ ਫਿਰ ਨਾਲੇ ਪਿੰਡ ਵਾਲੇ ਸੋਚਣ ਲੱਗ ਪਏ, ਆ ਇੱਕ ਦੂਜੇ ਨੂੰ ਕਹਿਣ ਲੱਗ ਪਏ ਵੀ ਅਸੀਂ ਤੇ ਭੱਜ ਜਾਣਾ ਸੀ ਇੱਥੋਂ, ਇਹਨਾਂ ਸੰਤਾਂ ਦੇ ਕਹਿਣ ਤੇ ਅਸੀਂ ਇੱਥੇ ਰਹੇ ਆ। ਹਾਂਜੀ ਕੋ ਜਾਣੈ ਅਬ ਕੋ ਵਿਦ ਹੋਵੇ, ਹੁਣ ਕੌਣ ਜਾਣਦਾ ਵੀ ਕਿਵੇਂ ਹੋਏਗਾ। ਹਾਂਜੀ ਜੀਵਤ ਬਚੈ ਕੇ ਪ੍ਰਾਣਨ ਖੋਵੇ, ਜਿਉਂਦੇ ਬਚਾਂਗੇ ਜਾਂ ਮਰ ਜਾਵਾਂਗੇ ਪਤਾ ਕੋਈ ਨੀ, ਪਰ ਸਾਨੂੰ ਲੱਗਦਾ ਵੀ ਇਹ ਮਾਰ ਸੁੱਟੇਗਾ ਸਾਨੂੰ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਦੋਹਰਾ ਨਰ ਨਾਰਿਨ ਕੋ ਦੇਖ ਗੁਰ ਜੋ ਕੰਪਤ ਪੈ ਪੀਤ, ਗੁਰਮੁਖੋ ਗੁਰੂ ਸਾਹਿਬ ਵੇਖਣ ਲੱਗ ਪਏ ਵੀ ਸਾਡੇ ਆਲੇ ਦੁਆਲੇ ਜਿਹੜੇ ਪਿੰਡ ਦੇ ਲੋਕ ਬੈਠੇ ਤੇ ਕੰਬਣ ਲੱਗ ਪਏ ਜੀ ਉਸ ਦੈਂਤ ਨੂੰ ਵੇਖ ਕੇ ਜੀ, ਇਹ ਤੇ ਕੰਬਣ ਲੱਗ ਪਏ ਨੇ। ਉੱਥੇ ਹੁਣ ਗੁਰੂ ਸਾਹਿਬ ਨੇ ਕਲਾ ਵਰਤਾਉਣੀ ਜੀ ਆਪਣੀ। ਹਾਂਜੀ ਕਰੂਰ ਦ੍ਰਿਸ਼ਟ ਤਿਸ ਦੈਂਤ ਦਿਸ਼ ਕੀਨੀ ਹਰਖ ਅਨੀਤ, ਤੇ ਗੁਰਮੁਖੋ ਉਹ ਦੈਂਤ ਆ ਰਿਹਾ ਹੱਥ ਵਿੱਚ ਸੜਦੀ ਹੋਈ ਲੱਕੜ ਲੈ ਕੇ, ਬੜਾ ਵੱਡਾ ਤੁਹਾਨੂੰ ਪਿੰਡ ਵਾਲਿਆਂ ਨੂੰ ਸਾੜ ਘੱਤਣਾ, ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਦੀ ਦ੍ਰਿਸ਼ਟੀ ਦੈਂਤ ਉੱਤੇ ਪਾ ਦਿੱਤੀ ਜੀ। ਮਹਾਰਾਜ ਨੇ ਇੱਕ ਟਿੱਕੀ ਲਾ ਕੇ ਵੇਖਿਆ ਜੀ ਉਹਦੇ ਹੱਲ ਜੀ। ਹਾਂਜੀ ਚੌਪਈ ਤਿਸੀ ਸਮੇਂ ਮੈਂ ਦੈਂਤ ਵਿਸਾਲਾ, ਬਸ ਉਸੇ ਸਮੇਂ ਉਹ ਏਡਾ ਵੱਡਾ ਜਿਹੜਾ ਦੈਂਤ ਸੀ ਨਾ, ਬਸ ਮਹਾਰਾਜ ਨੇ ਤੱਕਿਆ ਹੀ ਜੀ ਉਹਦੇ ਹੱਲ ਜੀ। ਗੁਰੂ ਨਾਨਕ ਸਾਹਿਬ ਨੇ ਕੋਈ ਬਚਨ ਥੋੜ੍ਹੀ ਉਹਨੂੰ ਬੋਲੇ ਜੀ ਜਾਂ ਕੋਈ ਹੋਰ ਕੁਝ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਵੱਲ ਤੱਕਿਆ ਹੀ ਜੀ, ਬਸ ਉਹਨੂੰ ਵੇਖਿਆ ਹੀ ਜੀ ਇਸ ਤਰੀਕੇ ਨਾਲ, ਬਸ ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਵੇਖਿਆ। ਤਿਸੀ ਸਮੇਂ ਮੈਂ ਦੈਂਤ ਵਿਸਾਲਾ, ਹਾਂਜੀ ਬਿਲਕੁਲ ਪਰਿਓ ਧਰਨੀ ਮੁਰਛਾਲਾ, ਬਸ ਉਹ ਜਿਹੜਾ ਬੜਾ ਭੱਜਿਆ ਭੱਜਿਆ ਆ ਰਿਹਾ ਸੀ ਨਾ ਜੀ, ਉਹ ਇੱਕਦਮ ਵਿਆਕੁਲ ਹੋ ਗਿਆ ਤੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ ਜੀ, ਉਹ ਜਿਹੜਾ ਰਾਕਸ਼ਸ ਦੈਂਤ ਆ ਰਿਹਾ ਸੀਗਾ ਜੀ। ਹਾਂਜੀ ਹੋਤ ਪੁਰਾਤਨ ਤਰ ਜਿਉ ਕੋਉ, ਹਾਂਜੀ ਪਵਨ ਬੇਗ ਸੋ ਉਖਰਤ ਸੋਉ, ਤੇ ਪਤਾ ਕਿਵੇਂ ਡਿੱਗਿਆ ਜੀ, ਜਿਵੇਂ ਪੁਰਾਣਾ ਕੋਈ ਵੱਡਾ ਰੁੱਖ ਲੱਗਾ ਹੋਵੇ ਤੇ ਹਵਾ ਵੱਗੇ ਜੀ ਬੜੀ ਤੇਜ਼ ਜੀ, ਤੇ ਹਵਾ ਨਾਲ ਰੁੱਖ ਡਿੱਗ ਨਹੀਂ ਜੀ ਜਾਂਦਾ ਜੀ, ਬਸ ਇਸੇ ਤਰ੍ਹਾਂ ਉਹ ਦਹਿੰਤ ਡਿੱਗ ਗਿਆ ਜੀ ਥੱਲੇ ਜੀ, ਬੇਹੋਸ਼ ਹੋ ਗਿਆ ਜੀ। ਵੇਖ ਲਓ ਉਹ ਐਵੇਂ ਘਬਰਾਈ ਜਾਂਦੇ ਸੀ ਉਸ ਦਹਿੰਤ ਤੋਂ, ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਸਮਰੱਥ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਬੈਠੇ ਹਾਂ ਜੀ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਸੰਗਤ ਜੀ
गुरु साहब जी दी शरण विच भी रहना ते एक गल दा चेता रखना, शरण विच रह के डरना भी नहीं हैगा जी। फिर जी ओ अजे डर गए सीगे जी। हां जी, तिस बिद गिरयो भयानक भारी, जे तन सर्व चेष्टा हारी। हां जी, जह चरणार बिंद जुग गुर को, गिरत समय तह गेरयो सिर को। ते भाई संतोख सिंह जी लिखदे हो कहिंदे डिगदियां डिगदियां पता किवें डिग्गिया जी, जिस पासे गुरु नानक साहब महाराज दे चरण सी ना महाराज बैठे ने, दैंत दा सिर गुरु नानक साहब दे चरणा वाले पासे आ डिग्गा जी। इस साहब दा डिग्गिया जी ओ जी। हां जी, करुणा निध पिख करुणा आई, अंत दीनता जाहे जनाई। हुण ओ महाराज नूं दैंत ते भी दया आ गई जी, जेड़ा लोकां दे पिंड साड़दा जी। हां जी, ते अज ते कहिंदा भी लोकां नूं ही साड़ सुटना जी। गुरु नानक साहब सच्चे पातशाह नूं उस राक्षस उत्ते जी, उस दैंत दे उत्ते दया आ गई, मेहर आ गई सच्चे पातशाह नूं। हां जी, ਸੀਸ ਸੁਹਾਇਓ ਤੇ ਪਦ ਪਦਮੰ, ਤੇ ਕੁਰਬਾਨ ਕੁਰਬਾਨ ਜਾਓ ਗੁਰੂ ਨਾਨਕ ਸਾਹਿਬ ਦੇ ਚਰਨ ਤੋਂ ਜੀ। ਹੱਥ ਜੋੜੋ, ਹਾਂਜੀ ਹੱਥ ਜੋੜੋ, ਆਖੋ ਸਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਉੱਠੇ ਤੇ ਜਿੱਥੇ ਦੈਂਤ ਦਾ ਸਿਰ ਸੀ ਨਾ ਜੀ, ਦੈਂਤ ਦੇ ਸਿਰ ਤੇ ਆਪਣਾ ਚਰਨ ਛੁਆਇਆ ਜੀ ਮਹਾਰਾਜਾ ਜੀ। ਵੇਖੋ ਭਾਗ ਜੀ ਦੈਂਤ ਦੇਵੀ, ਜਿਸ ਚਰਨਾਂ ਤੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕੁਰਬਾਨ ਜਾਨਾ ਕਹਿਣ ਲੱਗੇ, ਸਾਰੀ ਦੁਨੀਆਂ ਦਾ ਸੁੱਖ ਇਸ ਪਾਸੇ, ਗੁਰੂ ਨਾਨਕ ਸਾਹਿਬ ਦੇ ਚਰਨ ਇੱਕ ਪਾਸੇ ਜੀ। ਉਹ ਚਰਨ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਦੈਂਤ ਨੂੰ ਛੁਆਇਆ ਜੀ। ਹਾਂਜੀ, ਜੋ ਸਭ ਸਿੱਖਿਆ ਕੋ ਸੁਖ ਪਦਮ ਸਦਮੰ, ਜਿਹੜਾ ਸਾਰੇ ਸਿੱਖਾਂ ਨੂੰ ਸੁੱਖ ਦਿੰਦੇ ਗੁਰੂ ਦੇ ਚਰਨ ਜੀ, ਉਹ ਚਰਨ ਸੱਚੇ ਪਾਤਸ਼ਾਹ ਨੇ ਦੈਂਤ ਦੇ ਸਿਰ ਤੇ ਲਾਇਆ ਜੀ। ਹਾਂਜੀ, ਦੋਹਰਾ ਛੁਭਤ ਚਰਨ ਮੂਰਛਾ ਛੁੱਟੀ, ਭਇਓ ਸਰੀਰ ਸੁਚੇਤ। ਗੁਰਮੁਖੋ ਬੇਹੋਸ਼ ਹੋ ਗਿਆ ਸੀ ਨਾ ਦੈਂਤ, ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣਾ ਚਰਨ ਉਹਦੇ ਸਿਰ ਤੇ ਲਾਇਆ ਤੇ ਗੁਰਮੁਖੋ ਦਾ ਬੇਹੋਸ਼ ਪੂਣਾ ਦੂਰ ਹੋ ਗਿਆ ਤੇ ਉੱਠ ਕੇ ਬੈਠ ਗਿਆ ਦੈਂਤ ਜੀ। ਹਾਂਜੀ, ਸ਼ਸਤਰ ਹਨੇ ਸੰਜੀਵਨੀ ਜਿਉਂ ਲਗਾਏ ਤਿਹ ਦੇਤ। ਤੇ ਗੁਰਮੁਖੋ ਬਸ ਇਉਂ ਜਿਵੇਂ ਮਰਿਆ ਹੋਇਆ ਹੀ ਜਾਗ ਪਿਆ ਹੋਵੇ ਜੀ, ਹੁਣ ਉਹਦਾ ਸਰੀਰ ਵੀ ਸਿੱਧਾ ਆਮ ਮਨੁੱਖਾਂ ਵਰਗਾ ਹੋ ਗਿਆ, ਨੋਰਮਲ ਹੋ ਗਿਆ ਜੀ ਉਹਦਾ ਸਰੀਰ ਜੀ। ਹਾਂਜੀ, ਚੌਪਈ ਤੇਜ ਪ੍ਰਭਾਵ ਹੇਰ ਗੁਰ ਕੇਰੋ, ਨਿਮਰ ਭਇਓ ਮਨ ਦੀਨ ਕਨੇਰੋ। ਤੇ ਜਦੋਂ ਐ ਸਿੱਧਾ ਹੋ ਗਿਆ ਨਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਫਿਰ ਉਸ ਵੱਲ ਵੇਖ ਰਹੇ ਜੀ, ਬਸ ਉਹਨੇ ਐਸਾ ਮਹਾਰਾਜ ਨੇ ਦ੍ਰਿਸ਼ਟੀ ਪਾਈ, ਉਹ ਤੇ ਬਹੁਤੀ ਨਿਮਰਤਾ ਚ ਆ ਗਿਆ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਰੱਖਤਾ ਜੀ ਉਹਨੇ ਜੀ। ਕਿੱਥੇ ਲੋਕਾਂ ਨੂੰ ਕਹਿੰਦਾ ਸੀ ਸਾੜ ਸੁੱਟਣਾ ਤੁਹਾਨੂੰ, ਮੈਂ ਤੁਹਾਡਾ ਦੇਸ਼ ਸਾੜ ਦੇਣਾ ਕਹਿਣ ਲੱਗਾ, ਵਾਹਿਗੁਰੂ ਪਿੰਡ ਹੀ ਸਾੜ ਦੇਣਾ ਸਾਰਾ। ਤੇ ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਦੈਂਤ ਤੇ ਦ੍ਰਿਸ਼ਟੀ ਪਾਈ ਤੇ ਦੈਂਤ ਵੀ ਨਿਹਾਲ ਹੋ ਗਿਆ ਜੀ, ਨਿਮਰਤਾ ਵਿੱਚ ਆ ਗਿਆ ਜੀ। ਹਾਂਜੀ, ਬੋਲਿਓ ਬਚਨ ਸ਼ਿਮੋਹ ਅਪਰਾਧੂ, ਹੱਥ ਜੋੜ ਕੇ ਪਤਾ ਕੀ ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ, ਐਵੇਂ ਮੈਂ ਆਪਣੀ ਵੱਡੀ ਦੇਹ ਕਰਕੇ ਇਹਨਾਂ ਲੋਕਾਂ ਨੂੰ ਤੰਗ ਕਰਦਾ ਰਿਹਾ। ਹਾਂਜੀ, ਪਰਮੇਸ਼ਰ ਤੁਮ ਭੇਖ ਸੋ ਸਾਧੂ, ਮਹਾਰਾਜ ਮੈਨੂੰ ਪਤਾ ਲੱਗ ਗਿਆ, ਹੁਣ ਪਿੰਡ ਵਾਲੇ ਤੇ ਸੰਤ ਕਹਿਣ ਦੇ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਸੰਤ ਹੀ ਨੇ, ਪਰ ਉਹ ਦੈਂਤ ਬੋਲਿਆ, ਕਹਿਣ ਲੱਗਾ ਜਦੋਂ ਤੁਸੀਂ ਮੇਰੇ ਸਿਰ ਤੇ ਆਪਣਾ ਚਰਨ ਲਾਇਆ ਤੇ ਮੇਰੇ ਤੇ ਮਿਹਰ ਕੀਤੀ ਹੈ, ਮੈਨੂੰ ਪਤਾ ਲੱਗ ਗਿਆ ਤੁਸੀਂ ਸੰਤ ਦੇ ਰੂਪ ਵਿੱਚ ਰੱਬ ਹੀ ਹੋ। ਕਹਿਣ ਲੱਗੇ ਸੰਤ ਦੇ ਰੂਪ ਚ ਰੱਬ ਹੋ, ਕਹਿਣ ਲੱਗਾ ਮੈਨੂੰ ਇੰਨਾ ਕੁ ਪਤਾ ਲੱਗ ਗਿਆ। ਹਾਂਜੀ, ਹਾਂ ਅਣਜਾਣ ਨਾ ਮਹਿਮਾ ਜਾਣੀ, ਮੈਂ ਤੇ ਅਣਜਾਣ ਸਾਂ, ਥੋੜੀ ਮਤ ਵਾਲਾ ਹਾਂ, ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਿਆ, ਤੁਹਾਡੇ ਸਾਹਮਣੇ ਮੈਂ ਇਹਨਾਂ ਲੋਕਾਂ ਨੂੰ ਮਾਰਨਾ ਚਾਹਿਆ, ਲੋਕੀ ਵੇਖਣ ਉਹ ਗੱਲਾਂ ਸੁਣ ਸੁਣ ਹੈਰਾਨ ਹੋਣ ਵੀ ਇਹ ਤੇ ਸੰਤ ਰੱਬ ਨੇ ਜੀ। ਹਾਂਜੀ, ਤੁਮ ਹੋ ਮਹਾਂਪੁਰਖ ਗੁਣ ਖਾਨੀ, ਕਹਿਣ ਲੱਗਾ ਦੈਂਤ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਸੁਣਾਵਾਂ ਜੀ। ਹਾਂਜੀ, ਇਨ ਲੋਕਣ ਤੇ ਆਨ ਮਨਾਊ, ਹਾਂਜੀ ਜਾਂ ਤੇ ਇਨਕੇ ਧਾਮ ਜਲਾਊ। ਮੈਂ ਬੜਾ ਵੱਡਾ ਪਾਪੀ ਸਾਂ, ਮੈਂ ਇਹਨਾਂ ਕੋਲੋਂ ਆਪਣੀ ਈਨ ਮਨਾਉਣਾ ਚਾਹੁੰਦਾ ਸਾਂ, ਇਹ ਲੋਕ ਮੇਰੇ ਤੋਂ ਡਰਦੇ ਰਹਿਣ, ਇਸ ਕਰਕੇ ਗੁਰੂ ਨਾਨਕ ਸਾਹਿਬ ਮੈਂ ਇਹਨਾਂ ਦੇ ਘਰ ਸਾੜਦਾ ਹੁੰਦਾ ਹਾਂ ਜੀ, ਵੀ ਮੇਰੇ ਤੋਂ ਡਰਦੇ ਰਹਿਣ। ਹਾਂਜੀ,
ਆਬ ਤੁਮਰੇ ਪਦ ਪਦਮ ਸੁਹਾਏ। ਸੱਚੇ ਪਾਤਸ਼ਾਹ ਅੱਜ ਤੁਹਾਡੇ ਮੁਬਾਰਕ ਚਰਨ ਇਸ ਪਿੰਡ ਵਿੱਚ ਪੈ ਗਏ ਨੇ ਅਤੇ ਮੇਰੇ ਸਿਰ ਨੂੰ ਤੁਹਾਡੇ ਚਰਨ ਲੱਗ ਗਏ ਨੇ। ਹਾਂਜੀ, ਇਨਕੇ ਭਾਗ ਜਗੇ ਅਬ ਜਬ ਆਏ। ਮੇਰੇ ਵੀ ਭਾਗ ਜਾਗ ਗਏ ਤੇ ਨਾ ਪਿੰਡ ਵਾਲਿਆਂ ਦੇ ਵੀ ਭਾਗ ਜਾਗ ਗਏ ਜੀ। ਜੇ ਮਹਾਰਾਜ ਤੁਸੀਂ ਨਾ ਆਉਂਦੇ ਮੈਂ ਤੇ ਸਾੜ ਸੁੱਟਣੇ ਹੀ ਸਾਰੇ ਜੀ। ਜੇ ਤੁਸੀਂ ਮੇਰੇ ਤੇ ਮਿਹਰ ਨਾ ਕਰਦੇ, ਅੱਜ ਇਹਨਾਂ ਦੇ ਭਾਗ ਜਾਗੇ, ਤੁਸੀਂ ਇਸ ਪਿੰਡ ਵਿੱਚ ਆ ਗਏ, ਨਾਲ ਮੇਰੇ ਵੀ ਜਾਗ ਗਏ, ਇਹਨਾਂ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਨੇ। ਹਾਂਜੀ, ਕਰੋ ਸਭਨ ਕੋ ਅਬ ਕਲਿਆਣਾ। ਮਹਾਰਾਜ ਉਹ ਵੇਖੋ ਗੁਰੂ ਸਾਹਿਬ ਨੂੰ ਮਿਲ ਕੇ ਕਿੱਡਾ ਵੱਡਾ ਫਰਕ ਪੈ ਗਿਆ ਜੀ। ਜਿਹੜਾ ਕਹਿੰਦਾ ਸੀ ਨਾ ਸਾੜ ਦੇਣਾ ਜੀ ਇਹਨਾਂ ਲੋਕਾਂ ਨੂੰ, ਉਹ ਦੈਂਤ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜੇ ਆਏ ਹੋ ਤੇ ਇਹਨਾਂ ਲੋਕਾਂ ਦਾ ਭਲਾ ਕਰਕੇ ਜਾਓ ਜੀ। ਕਿੱਡਾ ਫਰਕ ਪੈ ਗਿਆ ਜੀ, ਪਹਿਲਾਂ ਸਾੜਨਾ ਸੀਗਾ ਜੀ, ਹੁਣ ਆਪੇ ਹੀ ਉਹਨਾਂ ਦਾ ਭਲਾ ਮੰਗਣ ਦਿਆ ਜੀ। ਹਾਂਜੀ, ਉਪਕਾਰੀ ਤੁਮ ਕਿਰਪਾ ਨਿਧਾਨਾ। ਮਹਾਰਾਜ ਤੁਸੀਂ ਤੇ ਬੜੇ ਉਪਕਾਰੀ ਹੋ, ਬੜੇ ਕਿਰਪਾ ਨਿਧਾਨ ਹੋ, ਕਿਰਪਾ ਦੇ ਖਜ਼ਾਨੇ ਹੋ। ਗੁਰਬਾਣੀ ਵਿੱਚ ਗੁਰਮੁਖੋ ਸ਼ਬਦ ਹੈ, ਮਹਾਰਾਜ ਕਿਰਪਾ ਕਰਦੇ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਇਸੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਗਾਵ ਤੇ ਉਧਰ ਹੈ, ਸੁਣ ਤੇ ਉਧਰ ਹੈ, ਬਿਨਸੇ ਪਾਪ ਕਨੇਰੇ। ਮਹਾਰਾਜ ਜਿਨ੍ਹਾਂ ਤੁਹਾਨੂੰ ਗਾਇਆ ਉਹਨਾਂ ਦਾ ਵੀ ਉਧਾਰ ਹੋ ਗਿਆ, ਜਿਨ੍ਹਾਂ ਬਹਿ ਕੇ ਤੁਹਾਡੇ ਗੁਣ ਸੁਣੇ ਉਹਨਾਂ ਦਾ ਵੀ ਉਧਾਰ ਹੋ ਗਿਆ ਜੀ, ਪਾਪ ਦੂਰ ਹੋ ਗਏ, ਬਿਨਸਹ ਪਾਪ ਕਨੇਰੇ। ਨਾਲ ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਇੱਕ ਤਰੀਕੇ ਦਾ ਦੈਂਤ ਪ੍ਰੇਤ ਰੂਪ ਹੀ ਹੁੰਦਾ ਜੀ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰ ਹੈ। ਗੱਲ ਤੇ ਸ਼ਰਨ ਵਿੱਚ ਆਉਣ ਦੀ ਹੈ ਜੀ। ਜਿਹੜੇ ਸ਼ਰਨ ਵਿੱਚ ਆਉਂਦੇ ਫਿਰ ਉਹ ਕਹਿੰਦੇ ਗੁਰੂ ਜੀ ਕੁਰਬਾਨ ਜਾਈਏ, ਚਾਰ ਪੰਕਤੀਆਂ ਗਾ ਲਓ ਸਾਰੇ ਦੀ। ਹਾਂਜੀ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਨਾਲੇ ਹੱਥ ਜੋੜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਊਚ ਅਪਾਰ ਬੇਅੰਤ ਸੁਆਮੀ, ਊਚ ਅਪਾਰ ਬੇਅੰਤ ਸੁਆਮੀ, ਊਚ ਅਪਾਰ ਬੇਅੰਤ ਸੁਆਮੀ, ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਤੁਹਾਡਾ ਜਸ ਗਾਇਆ ਉਹਨਾਂ ਦਾ ਵੀ ਉਧਾਰ ਹੋ ਗਿਆ, ਧੰਨ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਤੁਹਾਡਾ ਜਸ ਸੁਣਿਆ ਉਹਨਾਂ ਦਾ ਵੀ ਉਧਾਰ ਹੋ ਗਿਆ ਜੀ। ਗਾਵ ਤੇ ਉਧਰੇ, ਸੁਣ ਤੇ ਉਧਰੇ, ਗਾਵ ਤੇ ਉਧਰੇ, ਸੁਣ ਤੇ ਉਧਰੇ, ਗਾਵ ਤੇ ਉਧਰੇ, ਸੁਣ ਤੇ ਉਧਰੇ, ਗਾਵ ਤੇ ਉਧਰੇ, ਸੁਣ ਤੇ ਉਧਰੇ। ਇੱਕ ਬੋਲ ਰਿਹਾ ਤੁਸੀਂ ਸੁਣ ਰਹੇ ਹੋ, ਹੋਏਗਾ ਪਤਾ ਕੀ ਜੀ, ਗਾਉਣ ਤੇ ਸੁਣਨ ਵਾਲਿਆਂ ਦੇ ਪਾਪ ਦੂਰ ਹੋ ਜਾਣਗੇ ਜੀ, ਕਿਤੇ ਮਾੜੇ ਕੰਮ ਉਹਨਾਂ ਦਾ ਫਲ ਜਿਹੜਾ ਨਾਸ ਹੋ ਜਾਏਗਾ ਜੀ। ਬਿਨ ਸਹਿ ਪਾਪ ਕਨੇਰੇ, ਬਿਨ ਸਹਿ ਪਾਪ ਕਨੇਰੇ, ਬਿਨ ਸਹਿ ਪਾਪ ਕਨੇਰੇ, ਬਿਨ ਸਹਿ ਪਾਪ ਕਨੇਰੇ। ਆ ਹੁਣ ਦੈਂਤ ਨੂੰ ਤਾਰਿਆ ਨਾ ਗੁਰੂ ਨਾਨਕ ਸਾਹਿਬ ਨੇ, ਕਰਦਾ ਨਾ ਜੀ ਭਲਾ ਜੀ, ਜਿਹੜਾ ਲੋਕਾਂ ਨੂੰ ਸਾੜਦਾ ਸੀ ਨਾ ਜੀ, ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਇਹਨਾਂ ਪਿੰਡ ਵਾਲਿਆਂ ਦਾ ਭਲਾ ਕਰਕੇ ਜਾਇਓ ਜੀ, ਇਹਨਾਂ ਤੇ ਮਿਹਰਾਂ ਕਰਕੇ ਜਾਇਓ, ਇਹਨਾਂ ਤੇ ਬਖਸ਼ਿਸ਼ਾਂ ਕਰਕੇ ਜਾਇਓ। ਹਾਂਜੀ, ਇਹਨੂੰ ਹੀ ਮਹਾਰਾਜ ਕਹਿੰਦੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ,
पशु परेत मुगद को तारे, 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 पाहन पार उतारे, पाहन पार उतारे, पाहन पार उतारे, पाहन पार उतारे। एक पंक्ति रह गई जी, एक पंक्ति जी, गुरबाणी दी बहुते रस वाली एक पंक्ति रह गई है, वो की है, नानक दास तेरी सरणाई सदा सदा बलिहारे, पाप उन्हां दे कटे जांदे, दुख उन्हां दे दूर हो जांदे, उदार उन्हां दा हो जांदा जिहड़े शरण विच चले जाण जी। हां जी, ओ फिर कहिंदे ने सदा सदा बलिहारे, ओ ते गुरु नानक साहिब तो कुरबान ही जांदे जी, बलिहार ही जांदे जी। नानक दास तेरी सरणाई, नानक दास तेरी सरणाई, नानक दास तेरी सरणाई, नानक दास तेरी सदा सदा बलिहार, सदा सदा बलिहार, सदा सदा बलिहार, वाहेगुरु सदा सदा बलिहार। इस करके गुरमुखो कौन जान सकदा गुरु नानक साहब दे गुण जी, दैंत नू तारिया दैंत लोकां दा ही भला मंगन लग पिया जी। अगो सुनो, हां जी, चौपाई श्री नानक जी सुन अस बानी, जदों धन गुरु नानक साहब ने उस दैंत दियां गल्लां सुनिया ना जी, हां जी, शरदा बहुत प्रीत मैं सानी, महाराज वेखन दे भी बड़े प्यार नाल गल्लां करन दिया ते शरदा ना बोल रहा, हां जी, बोले बचन दीन के दयाला, हां जी, ग्राम विखे रचिए धर्मशाला। हुण महाराज कहिंदे पिंड वाले भी सुनो ते दैंता तू भी सुन, कहन लगे दैंत ते रहा नहीं जी, ओ जी महाराज कहिंदे सुनो ध्यान नाल, अपने सारे पिंड विच इक धर्मशाला बनाओ जी। आ गुरुद्वारा साहब की है धर्मशाला जी, हां जी, अपने पिंड विच इक धर्मशाला बनाओ, कहन लगे हां जी, करो कीर्तन मिलते हैं माही, ओथे मिल जो कठे हो जो सारे जाके, ते कठे हो के रब दा कीर्तन करिया करो जी। एक पिंड सच्चे पातशाह गए, महाराज कहिंदे वाहिगुरु जपिया करो, पिंड वाले कहिंदे जी वाहिगुरु कौन हुंदा, कहन लगे वाहिगुरु कौन है, कहन लगे महाराज कहिंदे तुहानू वाहिगुरु दा नहीं पता, कहन लगे जी साडे इत्थे इक सरेवड़ा रहिंदा, उह कहिंदा मैनू ही मन्नो जी। महाराज कहिंदे वाहिगुरु उह जिहने तुहाडा सरेवड़ा बनाया, कहन लगे ओहनू जपिया पार उतारा होणा तुहाडा। इत्थे महाराज कहिंदे धर्मशाला बनाओ ते धर्मशाला विच बह के कीर्तन करिया करो, हां जी, सतनाम उचरो अग जाही, ते उत्थे बह के सतनाम जपो, वाहिगुरु जपो, तुहाडी जिंदगी दे जिहड़े पाप होणगे खत्म हो जाया करनगे जी उत्थे, हां जी। पर जल अनहो तह निज सीसा, हां जी, भगत करह जह नर जगदीशा, जेहड़े वड्डे वड्डे ताकतवर सीगे जी उस दैंत वर्गे, ਉਹਨਾਂ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਹੁਣ ਕੰਮ ਇੱਕ ਕਰਨਾ, ਮਨ ਉਸ ਦੈਂਤ ਨੂੰ ਹੀ ਆਖਿਆ ਹੋਵੇ ਜੀ, ਹਾਂਜੀ, ਉਹ ਸਾੜਦਾ ਜੀ ਹੁੰਦਾ ਸੀਗਾ ਜੀ ਦੇਸ਼ ਜੀ ਪਿੰਡ, ਮਹਾਰਾਜ ਕਹਿੰਦੇ ਦੈਂਤ ਪਿੰਡ ਵਾਲੇ ਜਪਣਗੇ ਵਾਹਿਗੁਰੂ, ਤੇ ਤੂੰ ਪਤਾ ਕੀ ਕਰਨਾ, ਕਹਿੰਦਾ ਜੀ ਕੀ, ਮਹਾਰਾਜ ਕਹਿੰਦੇ ਗਾਗਰ ਪਾਣੀ ਦੀ ਭਰ ਕੇ ਆਪਣੇ ਸਿਰ ਤੇ ਰੱਖ ਕੇ ਇਹਨਾਂ ਨੂੰ ਪਾਣੀ ਪਿਆਇਆ ਕਰਨਾ, ਕਹਿਣ ਲੱਗੇ ਤੂੰ ਹੈ ਇਹਨਾਂ ਨੂੰ ਪਾਣੀ ਪਿਆਇਆ ਕਰਨਾ, ਇਹ ਸਾੜਦਾ ਹੁੰਦਾ ਸੀਗਾ ਜੀ, ਹਾਂਜੀ, ਮਹਾਰਾਜ ਕਹਿੰਦੇ ਹੁਣ ਤੂੰ ਪਾਣੀ ਪਿਆਇਆ ਕਰਨਾ ਇਹਨਾਂ ਸਾਰਿਆਂ ਨੂੰ, ਪਾਣੀ ਪਿਆ ਕੇ ਤੂੰ ਵੀ ਵਾਹਿਗੁਰੂ ਜਪਣਾ, ਹਾਂਜੀ, ਪਚੰਗ ਫੌਜ ਨੂੰ ਤਿਆਰ ਕਰ ਲਓ ਕਿੱਥੇ ਸਾਰੇ, ਪਾਣੀ ਪਿਆ ਕੇ ਤੇ ਤੂੰ ਵੀ ਵਾਹਿਗੁਰੂ ਜਪਣਾ, ਹਾਂਜੀ। ਸੇਵਾ ਕਰਤ ਬਿਮਲ ਮਨ ਹੋਵੇ ਹੈ, ਹਾਂਜੀ, ਜਨਮ ਜਨਮ ਕੇ ਕਿਲ ਬਿਖ ਖੋਵੇ ਹੈ, ਸੇਵਾ ਕਰਦਿਆਂ ਕਹਿਣ ਲੱਗੇ ਤੇਰੇ ਵੀ ਪਾਪ ਦੂਰ ਹੋਣਗੇ, ਜਿਹੜਾ ਉੱਥੇ ਜਾ ਕੇ ਨਾਮ ਜਪੇਗਾ ਉਹਦੇ ਵੀ ਦੂਰ ਹੋਣਗੇ ਜੀ, ਹਾਂਜੀ। ਸਤਨਾਮ ਜਪ ਹੋਏ ਅਧਿਕਾਈ, ਅੰਤ ਸਮੇਂ ਗਤ ਪਾਏ ਸੁਖਾਰੀ, ਮਹਾਰਾਜ ਕਹਿੰਦੇ ਵਾਹਿਗੁਰੂ ਇਕੱਠੇ ਹੋ ਕੇ ਜਪਿਓ ਤੇ ਕਹਿਣ ਲੱਗੇ ਫਿਰ
ਅੰਤਲੇ ਸਮੇਂ ਮੌਤ ਵਾਲਾ ਸਮਾਂ ਤੁਹਾਡਾ ਵਧੀਆ ਆਏਗਾ। ਹਾਂਜੀ ਦੋਹਰਾ ਸੁਣ ਕਰ ਜਗ ਗੁਰ ਕੋ ਬਚਨ ਮਾਨ ਸੀਸ ਪਹਿਲੀਨ ਤੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਪਿੰਡ ਵਾਲਿਆਂ ਨੇ, ਪਿੰਡ ਵਾਲਿਆਂ ਨੇ ਵੀ ਮੰਨੇ ਤੇ ਉਸ ਦੈਂਤ ਨੇ ਵੀ ਮੰਨੇ ਜੀ। ਹਾਂਜੀ ਰਚੀ ਧਰਮਸ਼ਾਲਾ ਰੁਚਰ ਪੁਨ ਸੇਵਹਿ ਮਨ ਦੀਨ ਉਹਨਾਂ ਫਿਰ ਧਰਮਸ਼ਾਲਾ ਬਣਾਈ ਜੀ। ਧਰਮਸ਼ਾਲਾ ਬਣਾ ਕੇ ਪਿੰਡ ਵਾਲੇ ਜਾ ਕੇ ਧਰਮਸ਼ਾਲਾ ਵਿੱਚ ਗੁਰਦੁਆਰੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਣ ਜੀ। ਉਹ ਜਿਹੜਾ ਦੈਂਤ ਸੀ ਉਹ ਪਾਣੀ ਭਰ ਭਰ ਪਿਆਇਆ ਕਰੇ ਜੀ ਉਹਨਾਂ ਨੂੰ ਜੀ। ਹਾਂਜੀ ਉਹ ਜਿਹੜਾ ਸਾੜਨ ਵਾਲਾ ਕੰਮ ਆ ਜੀ ਉਹ ਫਿਰ ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।